ਸ਼ਬਦ ਗੁਰੂ ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ ਸਾਰੇ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਤੋਂ ਹੀ ਸੰਪੂਰਨ ਸਾਖੀ ਵਾਰ ਦੇ ਸ਼ਬਦ ਕੀਰਤਨ ਪਾਸਾ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਸਾਥੀਆਂ ਪਾਸਾ ਸਰਵ ਕਰਦੇ ਹੋਇਆਂ ਆਪਣਾ ਜੀਵਨ ਸਫਲਾ ਕਰ ਰਹੇ ਸੋ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਸੋਹਾਣਾ ਵਾਲੇ ਇਸ ਸਥਾਨ ਦੇ ਸਾਬਕਾ ਹੈਡ ਗ੍ਰੰਥੀ ਜਿਨ੍ਹਾਂ ਨੇ ਬੜੇ ਪਿਆਰ ਨਾਲ ਸੇਵਾ ਨਿਭਾਈ। ਜੋ ਸਵੇਰੇ 4 ਤੋਂ 5 ਸਿਮਰਨ ਦਾ ਹੈ ਉਹ ਭਾਈ ਸਾਹਿਬ ਨੇ ਹੀ ਆਰੰਭ ਕਰਾਇਆ ਸੀ, ਸੋ ਲਗਾਤਾਰ ਸਨ 2000 ਤੋਂ ਚੱਲ ਰਿਹਾ ਹੈ। ਸੋ ਗੁਰੂ ਕਿਰਪਾ ਸਦਕਾ ਸਾਰੀ ਸੰਗਤਾਂ ਆਨੰਦ ਮਾਣਦੀਆਂ ਹਨ। ਆਪ ਵੀ ਅੱਜ ਅਤੇ ਕੱਲ੍ਹ ਦੋ ਦਿਨਾਂ ਵਾਸਤੇ ਭਾਈ ਸਾਹਿਬ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਗੁਰਚਰਨ ਨਾਲ ਜੋੜਨਗੇ। ਬੜੇ ਪਿਆਰ ਸਤਿਕਾਰ ਸਹਿਤ ਆਪਾਂ ਸਰਵਣ ਕਰੀਏ। ਉਸ ਤੋਂ ਪਹਿਲਾਂ ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਮੁਖਵਾਕ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਸਾਰੇ ਹੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਬਹੁਤ ਫੇਰ ਪਏ ਕਿਰਪਾ ਕਉ, ਅਬ ਕਿਛ ਕਿਰਪਾ ਕੀ ਜਾਣ, ਹੋ ਦਿਆਲ ਦਰਸ਼ਨ ਦੇ ਆਪਣਾ, ਐਸੀ ਬਖਸ਼ ਕਰੀ ਜਾਣਤ ਨਾਨਕ ਧਰਮ ਪਟ ਖੋਲ, ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪਿੱਤਰ, ਸਤ ਗੁਰ ਸਿੰਹ ਮਨ ਮੰਨਿਆ ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋ ਕੁਰਸੀ ਚਟਿਆ, ਤੁਧ ਰਿਠ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ, ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ, ਜਿਸ ਪਾਸ ਬੈਠਿਆ ਸੋਈਏ ਸਭਨਾ ਦਾ ਵਿਸਾਰ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਮਹਿਲਾ ਤੀਜਾ, ਹਸਤੀ ਸਿਰ ਜੋ ਅੰਕਸ ਹੈ, ਅਹਰਣ ਜੋ ਸਿਰ ਦੇ, ਮਨ ਤਨ ਆਗਾ ਰੱਖ ਕੇ ਉਹ ਵੀ ਸੇਵ ਕਰੇ, ਹਸਤੀ ਸਿਰ ਜੋ ਅੰਕਸ ਹੈ, ਅਹਰਣ ਜੋ ਸਿਰ ਦੇ, ਮਨ ਤਨ ਆਗਾ ਰੱਖ ਕੇ ਉਹ ਵੀ ਸੇਵ ਕਰੇ, ਯੋ ਗੁਰਮੁਖ ਆਪੇ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁਝੀਐ ਜਾ ਆਪੇ ਨਦਰ ਕਰੇ, ਮਹਿਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਏ ਆਏ ਤੇ ਪਰਵਾਣ, ਨਾਨਕ
ਕੁਲ ਉਧਾਰੈ ਆਪਣਾ ਦਰਗਾਹ ਪਾਵੈ ਮਾਣ ਪਾਉੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰ ਲਾਈਆ ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਉ ਗੁਰੂ ਦੇਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਮਨ ਬਿਰਤੀ ਨੂੰ ਇਕਾਗਰ ਕਰਕੇ ਭਾਵ ਤੇ ਪ੍ਰੇਮ ਸਹਿਤ ਜਦ ਆਪ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿੱਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਿਹਰਮਤਾਂ ਤੇ ਵਡਿਆਈਆਂ ਆਪ ਜੀ ਨੂੰ ਪ੍ਰਾਪਤ ਹੋਈਆਂ ਨੇ ਜੋ ਸਤਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘੱਟ ਘੱਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਇਸ ਪਾਵਨ ਸਥਾਨ ਤੇ ਜਦੋਂ ਬਖਸ਼ਿਸ਼ ਦਾ ਦਰ ਖੁੱਲਿਆ ਤਾਂ ਸਾਹਿਬ ਜੀ ਨੇ ਇਹ ਅੰਮ੍ਰਿਤਮਈ ਧੁਨ ਸਾਨੂੰ ਬਖਸ਼ਿਸ਼ ਕੀਤੀ। ਉਸ ਧੁਨ ਦੇ ਵਿੱਚੋਂ ਸ਼ਬਦ ਪ੍ਰਗਟ ਹੁੰਦਾ ਹੈ ਜੋ ਸ਼ਬਦ ਸਾਨੂੰ ਸਰਵਣ ਕਰਾਇਆ ਗਿਆ, ਕਿਉਂਕਿ ਸਦਾ ਸੋਦਰ ਤੋਂ ਧੁਨ ਹੀ ਪ੍ਰਗਟ ਹੁੰਦੀ ਹੈ। ਇਸ ਧੁਨ ਤੋਂ ਹੀ ਜੋ ਧਿਆਨ ਟਿਕਾ ਲੈਂਦਾ ਹੈ ਉਸਨੂੰ ਸ਼ਬਦ ਦੀ ਰਾਤ ਮਿਲ ਜਾਂਦੀ ਹੈ, ਜਿਸ ਨੂੰ ਅਸੀਂ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਕਹਿੰਦੇ ਹਾਂ।
ਸ਼ਬਦ ਧੁਨ ਦੇ ਰੂਪ ਵਿੱਚ ਪ੍ਰਗਟ ਹੋਇਆ। ਸਾਡੀ ਸਮਝ ਗੋਚਰੇ ਪ੍ਰਾਪਤ ਹੋਣ ਵਾਸਤੇ ਸਾਨੂੰ ਪੁਨਃ ਸ਼ਰਵਣ ਕਰਾਇਆ ਗਿਆ ਔਰ ਜਿਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰ ਨੇ ਸਾਡੇ ਵਾਸਤੇ ਜੀਵਨ ਦੀ ਜੁਗਤ ਦਿੱਤੀ, ਅਸੀਂ ਜਿਸ ਪਾਵਨ ਸ਼ਬਦ ਦੇ ਅੰਦਰਲੀ ਵਿਚਾਰ ਨੂੰ ਆਪਣੇ ਅੱਜ ਦੇ ਜੀਵਨ ਤੇ ਅਪਣਾ ਲਈਏ ਤੇ ਸਾਡਾ ਕੱਲ ਦਾ ਜੀਵਨ ਆਪੇ ਸੌਖਾ ਹੋ ਜਾਏਗਾ। ਤਣਾਅ ਦੇ ਵਿੱਚ ਜੋ ਅਸੀਂ ਅੱਜ ਗੁਜ਼ਾਰਦੇ ਹਾਂ ਤਾਂ ਮੂਲ ਕਾਰਨ ਹੈ ਕਿ ਅਸੀਂ ਆਪਣੇ ਗੁਰੂ ਸ਼ਬਦ ਤੋਂ ਟੁੱਟੇ ਹਾਂ। ਇੱਥੇ ਬੈਠਣ ਦਾ ਜੋ ਮੁੱਖ ਮਕਸਦ ਹੈ ਉਹ ਗੁਰੂ ਕੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੈ ਤੇ ਗੁਰੂ ਕੀ ਬਖਸ਼ਿਸ਼ ਤੇ ਸਦਕੇ ਸਾਡੇ ਜੀਵਨ ਚ ਸਰਲਤਾ ਪ੍ਰਵੇਸ਼ ਕਰਦੀ ਹੈ ਤੇ ਜਿਉਂ ਜਿਉਂ ਗੁਰੂ ਕੀ ਕਿਰਪਾ ਵਰਤਣ ਲੱਗ ਪੈਂਦੀ ਹੈ ਉਹ ਸਰਲਤਾ ਵਰਤਣ ਲੱਗ ਪੈਂਦੀ ਹੈ ਤੇ ਜੀਵਨ ਦੀ ਹਰ ਉਲਝਣ ਸੁਖੈਨ ਹੀ ਸਰਲ ਹੋ ਜਾਂਦੀ ਹੈ। ਤੇ ਫਿਰ ਸਿੱਖਾਂ ਨੇ ਵੀ ਮਸਲਾ ਤੇ ਬੜਾ ਵੱਡਾ ਸੀ, ਸੌਖਿਆਂ ਹੱਲ ਹੋ ਗਿਆ। ਜ਼ਿੰਦਗੀ ਦਾ ਮਸਲਾ ਤੇ ਬਹੁਤ ਵੱਡਾ ਹੈ ਪਰ ਸੁਖੈਨ ਸਰਲਤਾ ਨਾਲ ਹੱਲ ਹੋ ਜਾਏ ਇਹਦੇ ਵਾਸਤੇ ਅਸੀਂ ਇੱਥੇ ਬੈਠਦੇ ਹਾਂ। ਸਤਸੰਗਤ ਦੇ ਵਿੱਚ ਬੈਠ ਕੇ ਜਦੋਂ ਅਸੀਂ ਗੁਰੂ ਪਾਸੋਂ ਉਪਦੇਸ਼ ਗ੍ਰਹਿਣ ਕਰਦੇ ਹਾਂ ਤੇ ਉਹਦੇ ਸਦਕੇ ਜਦੋਂ ਵਿਚਾਰਾਂ ਦੀ ਸ਼ਰੰਖਲਾ ਵਿਚਾਰਾਂ ਦੀ ਚੇਨ ਅੱਗੇ ਤੁਰਦੀ ਹੈ ਫਿਰ ਜਿਸ ਨੂੰ ਅਸੀਂ ਲੜੀਵਾਰ ਵਿਚਾਰ ਕਹਿੰਦੇ ਹਾਂ ਇਸ ਤਾਂ ਐਕਸਪਲੇਨ ਕਰਦੀ ਹੈ ਜੋ ਸ੍ਰੀ ਮੁਖਵਾਕ ਹੁੰਦਾ ਹੈ। ਸਾਰਾ ਦਿਨ ਉਸੇ ਦਾ ਹੀ ਵਿਸਤਾਰ ਹੁੰਦਾ ਹੈ। ਸਾਡੀ ਸੋਚ ਵਿੱਚ ਸਾਡੀ ਮਤ ਬੁੱਧ ਵਿੱਚ ਉਹ ਗੱਲਾਂ ਆ ਸਕਣ ਜਾਂ ਨਾ ਆ ਸਕਣ ਇਹ ਅਲੱਗ ਬਾਤ ਹੈ ਕਿਉਂਕਿ ਸਾਡਾ ਹਰ ਇੱਕ ਜੀਅ ਦਾ ਮਤ ਦਾ ਜੋ ਦਾਇਰਾ ਹੁੰਦਾ ਉਹ ਆਪੋ ਆਪਣਾ ਹੈ, ਜਿਹਨੂੰ ਪਾਤਰਤਾ ਕਹਿੰਦੇ ਨੇ। ਸਾਡਾ ਮਤ ਦਾ ਭਾਂਡਾ ਆਪੋ ਆਪਣਾ ਹੈ, ਅਸੀਂ ਆਪ ਨੂੰ ਬੁੱਧ ਹੈ ਦੇਤੀ ਦੇ ਉਸ ਅਸੂਲ ਮੁਤਾਬਕ ਹੀ ਵਰਤਦੇ ਤੇ ਕਰਦੇ ਰਹਿੰਦੇ ਹਾਂ ਪਰ ਸੱਚ ਇਹ ਹੈ ਕਿ ਜੋ ਸ੍ਰੀ ਮੁਖਵਾਕ ਪ੍ਰਾਪਤ ਹੁੰਦਾ ਹੈ ਸਾਰਾ ਦਿਨ ਉਸੇ ਦੀ ਵਿਆਖਿਆ। ਸੰਭਵਤਾ ਕਿਤੇ ਹੋ ਸਕੇ ਤੇ ਹੋਰ ਚੰਗੀ ਗੱਲ ਹੈ ਕਿ ਸਾਡੇ ਸਾਰੇ ਦਿਨ ਦੇ ਕਥਾ ਕੀਰਤਨ ਦੇ ਜੋ ਕੁਝ ਵੀ ਇੱਥੇ ਪ੍ਰਵਾਹ ਦਿਨ ਸਾਡੀ ਕਾਰਵਾਈ ਰਾਹੀਂ ਗੁਜ਼ਰਦੇ ਨੇ ਉਹਨਾਂ ਦਾ ਮੁੱਖ ਮਕਸਦ ਜਿਹੜਾ ਹੈ ਉਹ ਮੁੱਖ ਜਿਵੇਂ ਅੱਜ ਕੱਲ੍ਹ ਅਸੀਂ ਟਾਈਟਲ ਕਹਿਣ ਲੱਗ ਪੈਂਦੇ ਹਾਂ ਵੀ ਅੱਜ ਦੇ ਸਾਰੇ ਸਾਡਾ ਟਾਈਟਲ ਕੀ ਹੈ। ਸਾਡਾ ਅੱਜ ਦਾ ਟਾਈਟਲ ਸ੍ਰੀ ਮੁਖਵਾਕ ਹੋਵੇ ਔਰ ਜਿਹੜਾ ਵੀ ਹੋਵੇ ਕਿਉਂਕਿ ਉਹ ਅਸਾਂ ਨਹੀਂ ਚੁਣਿਆ ਹੁੰਦਾ, ਬਾਕੀ ਸਭ ਕੁਝ ਅਸੀਂ ਚੁਣ ਕੇ ਲਿਆਉਂਦੇ ਹਾਂ। ਆ ਮੈਨੂੰ ਯਾਦ ਹੈ ਤੇ ਮੈਂ ਸੁਣਾ ਦਿਆਂਗਾ, ਮੈਨੂੰ ਯਾਦ ਨਹੀਂ ਤੇ ਫਿਰ ਕੋਈ ਗੱਲ ਨਹੀਂ, ਪਰ ਇਹ ਮੇਰੀ ਤੇ ਤੁਹਾਡੀ ਮਰਜ਼ੀ ਨਹੀਂ ਹੈ। ਇਹ ਗੁਰਮਤ ਹੈ, ਅੱਜ ਲਈ ਗੁਰਮਤ ਹੈ। ਕਦੇ ਕਦੇ ਖਿਆਲ ਕਰਦੇ ਨਾ ਗੁਰਮਤ ਅਨੁਸਾਰ ਕਰਮ ਕਰਿਆ ਕਰੀਏ। ਕਿਹੜੀ ਗੁਰਮਤ ਅਨੁਸਾਰ? ਹਰ ਕੋਈ ਜੀ ਆਪਣੀ ਗੱਲ ਨੂੰ ਸਾਬਤ ਕਰਨ ਲਈ ਗੁਰਬਾਣੀ ਤੁਕ ਪੜ ਸੁਣਾ ਦਿੰਦਾ ਹੈ। ਹਰ ਕੋਈ ਵਿਅਕਤੀ ਸਾਡੇ ਚ ਕਈ ਵਾਰ ਪਰਿਵਾਰਕ ਝਮੇਲੇ ਪਏ ਹੁੰਦੇ ਨੇ ਜਾਂ ਸਾਡੇ ਵੰਡ ਵਿਹਾਰ ਦੇ ਝਮੇਲੇ ਹੁੰਦੇ ਨੇ, ਅਸੀਂ ਦੋਨੋਂ ਥੋੜਾ ਬਹੁਤ ਤਣਾਅ ਚ ਹੁੰਦੇ ਹਾਂ, ਦੋਨੋਂ ਇੱਥੇ ਆ ਕੇ ਖੜੇ ਅਰਦਾਸ ਕਰ ਰਹੇ ਹੁੰਦੇ ਹਾਂ, ਦੋਨੋਂ ਗੁਰਬਾਣੀ ਦੀ ਤੁਕਾਂ ਪੜ ਰਹੇ ਹੁੰਦੇ ਹਾਂ, ਦੋਨੋਂ ਸੁਖਮਨੀ ਸਾਹਿਬ ਪਾਠ ਕਰਵਾ ਰਹੇ ਹੁੰਦੇ ਹਾਂ। ਗੁਰਮਤ ਕਿਹਦੇ ਵਾਸਤੇ? ਕਿਹੜੀ ਗੁਰਮਤ ਹੋਏਗੀ? ਜਿਵੇਂ ਸਾਖੀ ਹੈ ਨਾ ਸਤਿਗੁਰ ਦਸ਼ਮੇਸ਼ ਪਾਤਸ਼ਾਹ ਸਿੱਖਾਂ ਵਿੱਚੋਂ ਕਿ ਇੱਕ ਸਿੱਖ ਨੇ ਕਿਸੇ ਤੋਂ ਉਧਾਰ ਲੈ ਲਿਆ ਤੇ ਮੁੱਕਰ ਗਿਆ ਤੇ ਕਹਿੰਦਾ ਕਹਿੰਦਾ ਕਿਤੇ ਲੈ ਲਿਆ ਮੁੱਕਰ ਪਾ, ਅਗਲੇ ਨੇ ਪੜ੍ਹਦਾ ਲੇਖਾ ਕੋਈ ਨਾ ਪੁੱਛੀ। ਹੁਣ ਤੁਕਾਂ ਤਾਂ ਸਭ ਕੋਈ ਪੜ੍ਹ ਕੇ ਸੁਣਾ ਸਕਦਾ ਪਰ ਗੁਰਮਤ ਨਹੀਂ ਹੈ। ਹਾਲਾਂਕਿ ਹਰ ਤੁਕ ਦੇ ਵਿੱਚ ਗੁਰਮਤ ਹੈ ਪਰ ਹਰ ਚੀਜ਼ ਨੂੰ ਹਰ ਥਾਂ ਤੇ ਹਰ ਵੇਲੇ ਨਹੀਂ ਵਰਤਿਆ ਜਾ ਸਕਦਾ। ਜਿਵੇਂ ਦਵਾਈਆਂ ਤੇ ਸਾਰੀਆਂ ਹੁੰਦੀਆਂ ਨੇ ਪਰ ਹਰ ਵੇਲੇ ਹਰ ਦਵਾਈ ਕੰਮ ਨਹੀਂ ਕਰਦੀ, ਰੋਗ ਤੇ ਦਾਰੂ ਦੇ ਮੁਤਾਬਕ ਹੀ ਸਿਲਸਿਲਾ ਚੱਲਦਾ। ਸਾਡੇ ਲਈ ਅੱਜ ਦੀ ਗੁਰਮਤ ਇਹ ਹੈ, ਹਸਤੀ ਸਿਰ ਜੋ ਅੰਕੁਸ਼ ਹੈ ਅਹਿਰਣ ਜਿਉਂ ਸਿਰ ਦੇ, ਇਹ ਸਾਡੇ ਲਈ ਅੱਜ ਦੀ ਗੁਰਮਤ ਹੈ। ਔਰ ਇਸ ਦਾ ਨਤੀਜਾ ਕਿਤਨਾ ਡਾਊਨ ਡਾਊਨ ਡਾਊਨ, ਹਸਤੀ ਦੇ ਸਿਰ ਤੇ ਜਿਵੇਂ ਅੰਕੁਸ਼ ਆ ਗਿਆ ਤੇ ਕਿਤਨਾ ਡਾਊਨ ਹੋ ਜਾਏਗਾ। ਚਲੋ ਠੀਕ ਉਹ ਤੇ ਹਾਥੀ ਹੈ, ਅਸੀਂ ਕਿੱਥੇ ਪਹੁੰਚੇ ਹਾਂ?
ਕਿੱਥੋਂ ਤੱਕ ਜਾਵਾਂਗੇ, ਇਹ ਪੌੜੀ ਚੋਂ ਪ੍ਰਾਪਤ ਹੋਏਗਾ। ਜੋ ਹੌਲੀ ਹੌਲੀ ਸਲੋ ਡਾਊਨ ਹੁੰਦੇ 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 ਸਾਡੀ ਆਪ ਮੈਂ ਟੁੱਟਦੀ 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 ਇੰਨੀ ਟੁੱਟ ਜਾਏਗੀ ਕਿ ਆਖਿਰ ਸਾਡੇ ਮੁਖੋਂ ਵਾਹਿਗੁਰੂ 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 ਬੋਲਿਆ ਜਾਣਾ। ਤਾਂ ਗੁਰ ਆਖ, ਫਿਰ ਕੀ ਹੋਗਾ, ਗੁਰੂ ਜੀਵਾਇਆ, ਫਿਰ ਗੁਰੂ ਜੀਵਨ ਦੇ ਦੇਗਾ। ਉਹਨਾਂ ਚਿਰ ਗੁਰੂ ਜੀਵਨ ਨਹੀਂ ਦਿੰਦੇ, ਇਸੇ ਕਰਕੇ ਹੁਕਮ ਹੈ ਸਭ ਬੋਲੋ ਸਭ ਆਖੋ। ਗੁਰੂ ਆਖਾਂਗੇ, ਗੁਰੂ ਗੁਰੂ ਕਰਾਂਗੇ, ਫਿਰ ਗੁਰੂ ਸਾਥੋਂ ਜੀਵਨ ਮਿਲੇਗਾ। ਉਹ ਜੋ ਜੀਵਨ ਗੁਰੂ ਕੋਲੋਂ ਮਿਲੇਗਾ, ਫਿਰ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਭੈ, ਕਿਸੇ ਪ੍ਰਕਾਰ ਦੀ ਮੌਤ ਨਹੀਂ ਹੋਵੇਗੀ। ਫਿਰ ਉਹ ਜੀਵਾਈਆਂ ਵਾਲਾ ਕੰਮ ਹੋ ਜਾਏਗਾ। ਗੁਰ ਆਖ ਗੁਰੂ ਜੀਵਾਈਆਂ। ਜਦੋਂ ਉਸ ਮੁਕਾਮ ਤੇ ਕਿਤੇ ਖਿਆਲ ਪਹੁੰਚ ਹੀ ਜਾਏ, ਹਾਲਾਂਕਿ ਜੋੜ ਸਾਡੇ ਤੋਂ ਔਖੇ ਜੁੜਦੇ ਨੇ। ਇੱਕ ਬੇਨਤੀ ਨਿੱਕੀ ਜਿਹੀ ਹੋਰ ਹੀ ਕਰਦੇ ਹਾਂ, ਸ਼ਾਇਦ ਇੱਕ ਵਾਰ ਮੈਂ ਅੱਗੇ ਵੀ ਤੇ ਕਿਹਾ, ਆਪਣੇ ਜੀਵਨ ਦੇ ਮਸਲਿਆਂ ਨੂੰ ਜੀਵਨ ਸਵਾਰਨ ਤੇ ਸੁਧਾਰਨ ਦੀ ਸਭ ਤੋਂ ਬਿਹਤਰੀਨ ਜੁਗਤ ਹੈ। ਆਪ ਨੇ ਜੋ ਘਰਾਂ 'ਚ ਪ੍ਰਕਾਸ਼ ਕੀਤੇ ਨੇ ਨਾ, ਘਰੋਂ ਸ਼੍ਰੀ ਮੁਖਵਾ ਕਾਫ ਲੈ ਕੇ ਆਏ ਹੋਗੇ, ਪ੍ਰਕਾਸ਼ ਕੀਤਾ ਹੋਏਗਾ, ਸ਼੍ਰੀ ਮੁਖਵਾਕ ਮਿਲਿਆ ਨਾ। ਇੱਥੇ ਮੱਥਾ ਟੇਕਣ ਆਏ, ਇੱਥੇ ਵੀ ਸ਼੍ਰੀ ਮੁਖਵਾਕ ਮਿਲਿਆ ਨਾ। ਫਿਰ ਸਾਡਾ ਸਾਰਿਆਂ ਦਾ ਧੁਰ, ਜਿਹਦੀ ਅਰਦਾਸ ਆਪਾਂ ਸਵੇਰੇ ਵੀ ਇੱਥੇ ਸਮੂਹ ਕਰ ਚੁੱਕੇ, ਥੋੜ੍ਹੀ ਦੇਰ ਬਾਅਦ ਫਿਰ ਕਰਨੀ ਆ, ਸ਼ਾਮ ਨੂੰ ਫਿਰ ਕੀਤੀ ਜਾਣੀ ਆ, ਹੇ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਮੰਗਦੇ ਆ ਨਾ, ਉਹ ਸਾਡਾ ਧੁਰ ਹੈ। ਫਿਰ ਉੱਥੋਂ ਸ਼੍ਰੀ ਮੁਖਵਾਕ ਮਿਲਿਆ ਨਾ, ਕਮ ਸੇ ਕਮ ਤਿੰਨ ਸ਼੍ਰੀ ਮੁਖਵਾਕ ਮਿਲ ਗਏ ਨਾ, ਨਹੀਂ ਤੇ ਦੋ ਤਾਂ ਪੱਕੇ ਨੇ ਨਾ, ਕਿ ਕੇਂਦਰੀ ਸਥਾਨ ਧੁਰ ਦਰਬਾਰ ਦਰਬਾਰ ਸਾਹਿਬ ਤੋਂ ਤੇ ਸਾਡੇ ਸਥਾਨਕ ਕਲੋਨੀ ਆਦਿਕ ਜਿੱਥੇ ਸੀ ਰੁਟੀਨ ਵਿੱਚ ਜਾਣੀ। ਗੁਰਦੁਆਰਾ ਸਾਹਿਬ ਬਹੁਤ ਹੋਣਗੇ, ਹਰ ਸ਼ਹਿਰ 'ਚ ਬਹੁਤ ਹੁੰਦੇ ਨੇ, ਇਤਿਹਾਸਿਕ ਵੀ ਹੁੰਦੇ ਨੇ, ਪਰ ਉਹਦੇ ਬਾਵਜੂਦ ਵੀ ਕੋਈ ਇੱਕ ਥਾਂ ਐਸਾ ਹੁੰਦਾ ਹੈ ਜਿਸ ਨੂੰ ਅਸੀਂ ਆਪਣੀ ਗੱਲਬਾਤ ਵਿੱਚ ਕਹਿੰਦੇ ਸਾਡੇ ਗੁਰਦੁਆਰੇ। ਸਾਡਾ ਮਾਹੌਲ ਹੈ ਸਾਡੇ ਗੁਰਦੁਆਰੇ ਤੇ ਏਦਾਂ ਹੁੰਦਾ ਹੈ, ਜਾਂ ਸਾਡੇ ਗੁਰਦੁਆਰੇ ਏਦਾਂ ਨਹੀਂ ਹੁੰਦਾ। ਉਂਝ ਅਸੀਂ ਸਾਡਾ ਜੁੜ ਚੁੱਕਾ ਹੈ, ਜਿਸ ਦੇ ਨਾਲ ਅਸੀਂ ਸੈਂਟੀਮੈਂਟਲੀ ਜੁੜ ਚੁੱਕੇ ਹਾਂ, ਜਿਸ ਥਾਂ ਦੇ ਨਾਲ ਸਾਡਾ ਆਪਣਤਵ ਜੁੜ ਚੁੱਕਾ ਹੈ, ਜਿਹਨੂੰ ਅਸੀਂ ਆਪਣਾ ਕਹਿ ਸਕਦੇ ਹਾਂ, ਜਿੱਥੇ ਅਸੀਂ ਰੋਜ਼ਾਨਾ ਗਾਹੇ ਬਗਾਹੇ ਦੇਰ ਸਵੇਰ ਆਪਣੀਆਂ ਖੁਸ਼ੀਆਂ ਤੇ ਗਮੀਆਂ ਲੈ ਕੇ ਆ ਜਾਂਦੇ ਹਾਂ, ਜਿੱਥੇ ਸਾਹਿਬ ਦਾ ਸਥਾਨ ਹੈ ਉੱਥੇ ਤੇ ਦਰਬਾਰ ਸਾਹਿਬ ਤੇ ਸ਼੍ਰੀ ਮੁਖਵਾਕਾਂ ਨੂੰ ਜਦੋਂ ਕਿਤੇ ਚੇਨ ਵਿੱਚ ਪੋ ਸਕਾਂਗੇ। ਹੁੰਦੇ ਤੇ ਰੋਜ਼ਾਨਾ ਪੁਰਚੇ ਹੀ ਨੇ, ਪਰ ਸਾਡੀ ਮਤ ਬੁੱਧ ਥੋੜ੍ਹੀ ਹੁੰਦੀ ਹੈ, ਮੇਰੀ ਮਤ ਬੋਰੀ ਹੁੰਦੀ ਹੈ, ਮੇਰੀ ਮਤ ਥੋੜ੍ਹੀ ਹੁੰਦੀ ਹੈ। ਜੁੜ ਜਾਏ ਤੇ ਅਗਲਾ ਸਟੈਪ ਮਿਲ ਜਾਂਦਾ ਹੈ, ਫਿਰ ਉਸਨੂੰ ਸਮਝਣ ਵਾਸਤੇ ਆਸਰਾ ਫਿਰ ਬਾਣੀ ਦਾ ਹੀ ਲੈ ਲੈਣਾ ਪੈਂਦਾ ਹੈ। ਅੱਜ ਆਪ ਨੇ ਜੋ ਜੋ ਘਰੋਂ ਮਿਲੇ, ਮੈਨੂੰ ਨਹੀਂ ਪਤਾ ਹਰ ਇੱਕ ਦੀ, ਉਹ ਆਪਣੀ ਆਪਣੀਆਂ ਸਮੱਸਿਆਵਾਂ ਤੇ ਆਪਣੇ ਆਪਣੇ ਜੀਵਨ ਦੇ ਦਰਸ਼ਨ ਦੇ ਮੁਤਾਬਕ ਹੈ। ਇੱਥੇ ਆਹ ਮਿਲ ਗਿਆ ਭਾਈ, ਆਪਣੇ ਆਪ ਨੂੰ ਇੱਥੇ ਲੈ ਆਓ, ਜਿਵੇਂ ਹਾਥੀ ਨੇ ਆਪਾਂ ਸਮਰਪਿਤ ਕਰ ਦਿੱਤਾ ਹੈ। ਤਾਕਤ ਬਹੁਤ ਹੈ ਪਰ ਸਮਰਪਿਤ ਵੀ ਬਹੁਤ ਹੈ, ਇਹ ਤੋਂ ਵੱਡਾ ਸਮਰਪਿਤ ਵੀ ਹੋਰ ਕੋਈ ਜੀ ਨਹੀਂ। ਇੰਨੀ ਤਾਕਤ ਦੇ ਬਾਵਜੂਦ ਵੀ ਇੱਕ ਕਮਜ਼ੋਰ ਜੇ ਮਹਾਵਤ ਦੇ ਇੱਕ ਬੋਲ ਦਾ ਵਾਧਾ ਹੋਇਆ, ਤੇ ਜਦੋਂ ਉਸ ਬੋਲ ਨਾਲ ਵੱਧ ਜਾਂਦਾ ਤੇ ਬੋਲ ਹੀ ਸ਼ਬਦ ਹੈ। ਮਨ ਬਹੁਤ ਤਾਕਤਵਰ ਹੈ, ਤੇ ਫਿਰ ਉਸ ਵੱਧਿਆ ਹੋਇਆ ਮਨ ਟਿਕ ਜਾਏ, ਫਿਰ ਉਸ ਨੂੰ ਸਮਝ ਸਕੇ ਜਿਹੜਾ ਮਨ ਗੁਰੂ ਸ਼ਬਦ ਰੂਪੀ ਬੋਲ ਤਾਕਤ ਨਾਲ ਵੱਧ ਜਾਏਗਾ, ਫਿਰ ਉਹ ਇਸ ਗੱਲ ਨੂੰ ਸਮਝ ਸਕੇਗਾ ਕਿ ਜਿੱਥੇ ਮੈਂ ਖੜਾ ਹਾਂ, ਜੋ ਮੇਰਾ ਆਲਾ ਦੁਆਲਾ ਹੈ, ਜਿਸ ਮਾਹੌਲ ਵਿੱਚ ਮੈਂ ਜੀ ਰਿਹਾ ਹੈ, ਉਹ ਪਤਾ ਲੱਗੇਗਾ ਇਹ ਸਾਰਾ ਕੁਝ ਕੀ ਹੈ। ਮੈਂ ਤੇ ਆਪਣੇ ਅਹੰਕਾਰ ਦੀ ਵਿਦਿਆ ਦੀ ਮਾਣ ਤਾਕਤ ਕੋਲ ਰੱਖੀ ਬੈਠਾ ਹੋਵਾਂਗਾ, ਤੇ ਜਦੋਂ ਕਿਸੇ ਨੇ ਆਪਣੇ ਆਪ ਨੂੰ ਗੁਰੂ ਕੇ ਹੁਕਮ 'ਚ ਬੰਨ ਦਿੱਤਾ, ਗੁਰੂ ਕਿਰਪਾ ਕਰਨ ਅਸੀਂ ਟਿਕਾ ਸਕੀਏ ਆਪਣੇ ਆਪ ਨੂੰ। ਹਸਤੀ ਸਿਰ ਜੋ ਅੰਕਸ਼ ਹੈ, ਅਹਿਰਨ ਜਿਉਂ ਸਿਰ ਦੇ, ਜਿਉਂ ਇਹ ਸਮਝ ਆ ਜਾਏਗੀ ਨਾ, ਨਾ ਸਮਝ ਆਵੇ ਤੇ ਸਮਝਣ ਵਾਸਤੇ ਫਿਰ ਕਿਸੇ ਪਲੇਟਫਾਰਮ ਤੇ ਟਿਕ ਜਾਈਏ। ਉਹ ਪਲੇਟਫਾਰਮ ਹੈ ਮੈਂ ਅਖਰ ਹਾਂ ਕੀ, ਤੇ ਕਹਿਣ ਲੱਗੇ ਤੂੰ ਹੈ ਕੀ, ਆ ਸਾਰਾ ਪੌਣੇ ਪਾਣੀ ਅਗਨੀ ਕਾ ਮੇਲ ਹੀ ਤੇ ਜਿਹਦੇ ਵਿੱਚ ਤੂੰ ਬੈਠਾ ਹੋਇਆ।
ਮੜੀ ਚਾਪ ਚ ਚੱਲ ਰਹੇ ਵਿਚਾਰ ਚ ਟਿੱਕੇ ਹੋ। ਸਾਹ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹ ਨਾਨਕ ਜੋਗ, ਇਹ ਪਿਛਲੀ ਪੌੜੀ ਵਿਚਾਰ ਚਾਪ ਚ ਟੁਕੇ। ਅਗਾਂ ਗੌੜੀ ਮਹਿਲਾ ਪਹਿਲਾ, ਪਾਉਣਾ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, ਨੌ ਦਰਵਾਜੇ ਦਸਵਾਂ ਦੁਆਰ, ਬੁੱਧ ਹੈ ਗਿਆਨੀ ਇਹ ਵਿਚਾਰ। ਹੈ ਗਿਆਨੀ ਜੇ ਤੂੰ ਆਪਣੇ ਆਪ ਨੂੰ ਗਿਆਨੀ ਕੀਤਾ ਹੈ, ਜਾਂ ਤਾਂ ਤੂੰ ਕਹਿ ਕਿ ਮਹਾਰਾਜ ਮੈਨੂੰ ਕੁਛ ਨਹੀਂ ਪਤਾ, ਪਰ ਇਹ ਸਾਡੇ ਚ ਕੌਣ ਕਹਿੰਦਾ ਹੈ ਕਿ ਮੈਨੂੰ ਕੁਛ ਨਹੀਂ ਪਤਾ। ਹਾਲਾਂਕਿ ਇਹ ਬਹੁਤ ਵੱਡੀ ਵਡਿਆਈ ਹੈ ਕਿ ਸਭ ਕੁਛ ਪਤਾ ਹੋਵੇ ਤੇ ਫਿਰ ਇਹ ਕਹਿ ਦੇਵੇ ਮੈਨੂੰ ਕੁਛ ਨਹੀਂ ਪਤਾ। ਹਾਲਾਂਕਿ ਸਿੱਖੀ ਦੇ ਬਾਹਰਲੇ ਸਟਰਕਚਰ ਵਿੱਚ ਸਿੱਖੜੇ ਹੁੰਦੇ ਹਾਂ, ਹਾਲਾਂਕਿ ਗੱਲਾਂ ਰਸਮੀ ਰਹਿ ਗਈਆਂ ਸਾਡੇ ਵਿੱਚ, ਅਸੀਂ ਇਹ ਦੇਖਦੇ ਕਿ ਸਾਨੂੰ ਤੇ ਕੁਝ ਨਹੀਂ ਪਤਾ, ਪਰ ਕੀ ਵਾਕਿਆ ਹੀ ਅਸੀਂ ਮੰਨਦੇ ਹਾਂ ਮੈਨੂੰ ਕੁਛ ਨਹੀਂ ਪਤਾ। ਪਰ ਨਹੀਂ ਸਿੱਧਕੇ ਮੈਨੂੰ ਸਭ ਕੁਛ ਪਤਾ ਹੈ। ਹਮ ਕੀਆ ਹਮ ਕਰਾਂਗੇ, ਮੈਂ ਕੀਤਾ ਹੈ ਮੈਂ ਹੀ ਕਰਾਂਗਾ, ਅਸੀਂ ਦਾਵਾ ਠੋਕਦੇ ਨਾ। ਤੇ ਸੱਚਾ ਜਿਹੜਾ ਵਿਅਕਤੀ ਦਾਅਵੇ ਕਰਦਾ ਹੈ ਕਿਸੇ ਲੈਵਲ ਤੇ, ਕਿਉਂਕਿ ਇੱਥੇ ਬੈਠ ਕੇ ਅਸੀਂ ਕਿਸੇ ਵਿਅਕਤੀ ਦੇ ਬਾਹਰਲੇ ਸਟਰਕਚਰ ਦੀ ਗੱਲ ਨਹੀਂ ਕਰਨੀ, ਸਰੀਰਕ ਵਿਆਖਿਆਵਾਂ ਅਸੀਂ ਇੱਥੇ ਨਹੀਂ ਕਰ ਸਕਦੇ, ਆਰਥਿਕ ਆਖਿਆਵਾਂ ਵੀ ਅਸੀਂ ਇੱਥੇ ਨਹੀਂ ਦੇ ਸਕਦੇ। ਇੱਥੇ ਤਾਂ ਕੇਵਲ ਆਪਣੀ ਗੱਲ ਕਰ ਸਕਦੇ ਹਾਂ, ਮਨ ਦੀ ਗੱਲ ਕਰ ਸਕਦੇ ਹਾਂ, ਗੁਰੂ ਅਤੇ ਗੁਰੂ ਦੇ ਸਿੱਖ ਦੀ ਗੱਲ ਕਰ ਸਕਦੇ ਹਾਂ। ਤੇ ਆਪਣੇ ਆਪ ਨੂੰ ਸਿੱਖ ਬਣਾਉਣ ਵਾਸਤੇ ਸਿੱਖ ਬਣ ਸਕੀਏ, ਇੰਨੀ ਗੱਲ ਇੱਕ ਦੂਜੇ ਨੇ ਸਾਂਝੀ ਕਰ ਸਕਦੇ ਹਾਂ ਕਿ ਕਿਤੇ ਮੈਂ ਵੀ ਸਿੱਖ ਬਣ ਜਾਵਾਂ ਤੇ ਸਿੱਖ ਬਣ ਕੇ ਮੈਨੂੰ ਕਿਤੇ ਗੁਰਸਿੱਖ ਹੋਣ ਦਾ ਮਾਣ ਪ੍ਰਾਪਤ ਹੋ ਸਕੇ। ਬਸ ਜ਼ਿੰਦਗੀ ਚ ਇੰਨਾ ਹੀ ਮਕਸਦ ਹੈ ਗੁਰ ਕਿਰਪਾ ਕਰਨ ਸਾਡਾ ਹੋਵੇ ਕਿ ਬਸ ਮੈਂ ਗੁਰਸਿੱਖ ਬਣ ਜਾਵਾਂ। ਗੁਰਸਿੱਖ ਬਣ ਜਾਵਾਂ ਇਹਦੇ ਵਾਸਤੇ ਜਦੋਂ ਆਵਾਂਗਾ ਤੇ ਫਿਰ ਮੰਨਣਾ ਪਵੇਗਾ ਮੈਨੂੰ ਨਹੀਂ ਪਤਾ, ਜੋ ਕੁਛ ਵੀ ਪਤਾ ਹੈ ਮੇਰੇ ਗੁਰੂ ਨੂੰ ਪਤਾ ਹੈ। ਪਰ ਅਸੀਂ ਇੱਥੇ ਪਹੁੰਚੇ ਨਹੀਂ, ਇਸ ਕਰਕੇ ਸਾਨੂੰ ਕਹਿੰਦੇ ਨੇ ਤੂੰ ਆਪਣੇ ਆਪ ਦਾਅਵੇ ਕਰਦੇ। ਉਥਾਨਕਾਂ ਦੇ ਵਿੱਚ ਪੁਰਾਣੇ ਗਿਆਨੀ ਕੁਝ ਗੱਲਾਂ ਕਰਦੇ ਨੇ ਵੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਰਿਵਾਰਾਂ ਦੇ ਵਿੱਚ ਵਿਚਰਨ ਕੀਤਾ, ਸ੍ਰੀ ਕਰਤਾਰਪੁਰ ਸਾਹਿਬ ਤੇ ਸੰਗਤਾਂ ਕੀਤੀਆਂ ਨੇ, ਸਥਾਪਿਤ ਦੇਖੀਆਂ ਸਾਨੂੰ ਉਹਨਾਂ ਥਾਵਾਂ ਤੇ। ਕਿਸੇ ਪਰਿਵਾਰ ਚੋਂ ਕੋਈ ਜੀ ਚਲਾਣਾ ਕਰ ਗਿਆ, ਜੀ ਤੇ ਚਲਾਣੇ ਤੋਂ ਬਾਅਦ ਵਿੱਚ ਇੱਕ ਸੋਗ ਤੇ ਵਿਯੋਗ ਪ੍ਰਗਟ ਹੁੰਦਾ, ਸਵਿਯੋਗ ਦੇ ਸਦਕੇ ਜੋ ਵਰਤਾਰਾ ਵਰਤਦਾ ਨਾ ਉਹ ਸੋਗ ਹੁੰਦਾ। ਫਿਰ ਦੋਹਰਾ ਦੇ ਸ਼ਬਦ ਫਿਲਾਸਫੀਕਲ ਗਏ ਨੇ, ਵਿਯੋਗ ਦੇ ਪ੍ਰਗਟ ਹੋਣ ਉੱਤੇ ਜੋ ਵਰਤਾਰਾ ਵਰਤਦਾ ਏ ਉਹ ਸੋਗ ਹੀ ਦਿੰਦਾ ਹੈ। ਵਿਯੋਗ ਦੇ ਪ੍ਰਗਟ ਹੋਣ ਤੋਂ ਬਾਅਦ ਵਿੱਚ ਸੋਗ ਹੀ ਪ੍ਰਾਪਤ ਹੁੰਦਾ, ਜਿਵੇਂ ਅੱਗ ਬਲਣ ਤੋਂ ਬਾਅਦ ਨਿੱਘ ਮਿਲੇਗਾ, ਇਵੇਂ ਵਿਯੋਗ ਦੇ ਪ੍ਰਗਟ ਹੋਣ ਤੋਂ ਬਾਅਦ ਵਿੱਚ ਸੋਗ ਹੀ ਮਿਲੇਗਾ। ਉਹ ਵਿਯੋਗ ਭਾਵੇਂ ਪਰਿਵਾਰ ਦੇ ਦੋ ਜੀਆਂ ਦਾ ਹੋਵੇ, ਉਹ ਵਿਯੋਗ ਭਾਵੇਂ ਕਿਸੇ ਪਦਾਰਥ ਦਾ ਹੋਵੇ, ਉਹ ਵਿਯੋਗ ਸਾਡੇ ਭਾਵੇਂ ਕਿਸੇ ਹੋਰ ਪੱਖ ਦਾ ਹੋਵੇ, ਤੇ ਹੋ ਸਕਦਾ ਕਿਸੇ ਭਗਤ ਨੂੰ ਸਮਝ ਆ ਜਾਵੇ ਮੇਰਾ ਪ੍ਰਮਾਤਮਾ ਤੋਂ ਵਿਯੋਗ ਪਿਆ। ਜਿਸ ਨੂੰ ਵੀ ਵਿਯੋਗ ਸਮਝ ਆ ਜਾਏਗਾ, ਜਿੱਥੇ ਵਿਯੋਗ ਪ੍ਰਗਟ ਹੋ ਜਾਏਗਾ, ਉਸ ਤੋਂ ਅਗਲਾ ਪੜਾਵ ਜੋ ਹੋਏਗਾ, ਅਗਲਾ ਸਟੈਪ ਜੋ ਹੋਏਗਾ ਉਹ ਸੋਗ ਹੋਏਗਾ। ਉਹ ਪਰਿਵਾਰ ਦੇ ਵਿੱਚ ਵੀ ਸੋਗ ਹੋ ਜਾਏਗਾ, ਹੋਰਨਾਂ ਥਾਵਾਂ ਤੇ ਵੀ ਸੋਗ ਹੋਏਗਾ, ਤੇ ਭਗਤ ਵੀ ਉਦਾਸ ਬੈਠਾ ਹੋਏਗਾ। ਉਹ ਪੁੱਛੀਏ ਕਿ ਤੈਨੂੰ ਕੋਈ ਦੁੱਖ ਹੈ, ਕਿਉਂ ਰੋਂਦਾ ਪਿਆ, ਕਿਉਂ ਉਦਾਸ ਹੋਇਆ ਪਿਆ, ਕਹੇਗਾ ਦੁੱਖ ਤੇ ਕੋਈ ਨੀ, ਪਰ ਇੱਕੋ ਦੁੱਖ ਹੈ, ਇੱਕ ਦੁੱਖ ਰਾਮ ਰਾਏ ਕੱਟ ਮੇਰਾ ਅਗਨ ਦਹੈ ਔਰ ਗਰਭ ਬਸੇਰਾ। ਮਹਾਰਾਜ ਜਨਮ ਮਰਨ ਨਿਵਾਰ ਲਿਓ, ਇਸ ਦੁੱਖ ਤੋਂ ਬਚਾ ਲਓ। ਉਹ ਇਸ ਸੋਗ ਵਿੱਚ ਹੀ ਉਦਾਸ ਬੈਠਾ ਹੈ, ਉਹਦਾ ਵੀ ਚਿਆ ਪੂਆ ਭੂਕ ਹੋ ਸਕਦਾ ਹੈ, ਉਹ ਵੀ ਰਾਤੀ ਸੁੱਤਾ ਨਹੀਂ ਹੁੰਦਾ। ਇੱਕ ਦੁਨੀਆਂ ਦਾ ਚਿੰਤਾਗ੍ਰਸਤ ਵਿਅਕਤੀ ਵੀ ਰਾਤ ਨੂੰ ਸੌਂਦਾ ਨਹੀਂ ਹੈ, ਤੇ ਭਗਤ ਵੀ ਸੌਂਦਾ ਨਹੀਂ, ਕਿਉਂਕਿ ਦੋਨਾਂ ਦੀ ਮਾਨਸਿਕ ਅਵਸਥਾ ਦਾ ਲੈਵਲ ਇੱਕ ਹੁੰਦਾ ਹੈ, ਭਾਵੇਂ ਭੇਦ ਅਲੱਗ ਅਲੱਗ ਹੁੰਦੇ ਨੇ। ਜਦੋਂ ਇੱਥੇ ਪਹੁੰਚੇ ਤੇ ਪਾਤਸ਼ਾਹ ਦੇ ਨਾਲ ਬਚਨ ਬਿਲਾਸ ਆਉਂਦੇ ਨੇ, ਉਦੋਂ ਪਾਤਸ਼ਾਹ ਸਾਹਿਬ ਜੀ ਨੇ ਗੱਲ ਕੀਤੀ ਕਿ ਭਾਈ ਤੁਸੀਂ ਤਾਂ ਸਿਆਣੇ ਹੋ, ਜਾਂ ਆਪਾਂ ਕਦੇ ਸਿਆਣੇ ਬਣੋ, ਸਾਡੇ ਘਰਾਂ ਚ ਕੋਈ ਗੱਲਬਾਤ ਹੋ ਜਾਏ, ਇਹੋ ਜਿਹੀ ਵਾਧ ਘਾਟ ਵਰਤ ਜਾਏ, ਸਰੀਰਾਂ ਚੋਂ ਕੋਈ ਜੀ ਚਲਾਣਾ ਕਰ ਜਾਏ, ਤੇ
ਪਰਿਵਾਰ ਦੇ ਬਾਕੀ ਜੀ ਕਿਸੇ ਕਾਰਨ ਵਿਰਾਗ ਵਿੱਚ ਹੋਣ ਤੇ ਅਸੀਂ ਦੂਜਾ ਤੀਜਾ ਧਿਰ ਸਿਆਣਾ ਬੰਦਾ ਕਿ ਭਾਈ ਸਿਆਣੇ ਬਣੋ। ਆਪਾਂ ਏਦਾਂ ਹੀ ਕਹਿੰਦੇ ਨਾ ਧੀਆਂ ਪੁੱਤਰਾਂ ਨੂੰ, ਭਾਵੇਂ ਉਹ ਉਮਰ ਚ ਬਾਲੜੇ ਹੋਣ ਤੇ ਭਾਵੇਂ ਵਡੇਰੇ ਹੋਣ, ਸਾਡੇ ਦੋ ਤਿੰਨ ਸ਼ਬਦ ਹੁੰਦਾ ਭਾਈ ਸਿਆਣੇ ਬਣੋ। ਕਿਉਂ ਸਿਆਣੇ ਬਣੋ? ਕਿਉਂਕਿ ਤੇ ਨਿੱਤ ਦਾ ਕੰਮ ਹੈ, ਇਕੱਲੇ ਕਿਸੇ ਨੂੰ ਥੋੜਾ ਹੋਏ, ਹਰ ਘਰ ਚ ਵਰਤੇ ਹੈ, ਹਰ ਘਰ ਚ ਵਰਤਦਾ ਹੈ। ਔਰ ਐਸਾ ਕੋਈ ਦਾਵਾ ਨਹੀਂ ਕਿ ਕਿਸੇ ਹੋਰ ਘਰ ਚ ਵਰਤੇਗਾ ਨਹੀਂ। ਇਸ ਕਰਕੇ ਸਿਆਣੇ ਬਣੋ, ਇਹ ਤੇ ਵਰਤਣ ਵਾਲੀ ਕਲਾ ਹੈ। ਇੱਥੇ ਚਿੰਤਾ ਤਾਂ ਕੇ ਕੀਜੀਏ ਜੋ ਅਨਹੋਨੀ ਹੋਏ। ਇੱਥੇ ਹੁੰਦਾ ਹੈ, ਹਰ ਘਰ ਚ ਹੁੰਦਾ ਹੈ। ਇਹ ਠੀਕ ਹੈ ਕਿਤੇ ਦੋ ਚਾਰ ਦਸ ਸਾਲ ਦਾ ਗੈਪ ਪੈ ਜਾਂਦਾ ਹੈ, ਕਦੇ ਕਦੇ ਹੁੰਦਾ ਹੈ ਦਸ ਵੀਹ ਤੀਹ ਸਾਲ ਦਾ ਗੈਪ ਪੈ ਜਾਏਗਾ, ਪਰ ਹੁੰਦਾ ਹੈ। ਐਸਾ ਤੇ ਕੋਈ ਸਾਡੇ ਘਰਾਂ ਚ ਪਰਿਵਾਰ ਨਹੀਂ ਨਾ ਜਿਸ ਘਰ ਚ ਕਦੇ ਇਹ ਭਾਣਾ ਨਾ ਵਰਤਿਆ ਹੋਵੇ, ਜਦੋਂ ਸਾਡੇ ਚੋਂ ਕੋਈ ਸ਼ਰੀਰ ਕਰਕੇ ਗੁਜ਼ਰਿਆ ਨਾ ਹੋਵੇ, ਜੋ ਸਾਡੀਆਂ ਅੱਖਾਂ ਤੋਂ ਓਲੇ ਨਾ ਹੋ ਗਿਆ ਹੋਵੇ। ਉਹ ਜਦੋਂ ਐਸਾ ਹਾਲਾਤ ਗੁਜ਼ਰਦੇ ਨੇ ਤੇ ਕੋਈ ਸਿਆਣਾ ਪੁਰਖ ਆਉਂਦਾ, ਉਹ ਮੋਢੇ ਤੇ ਹੱਥ ਰੱਖਦਾ ਤੇ ਕਹਿੰਦਾ ਬੇਟਾ ਸਿਆਣੇ ਬਣੋ, ਸਿਆਣੇ ਬਣੋ। ਤੇ ਜਦੋਂ ਕਹਿੰਦੇ ਨਾ ਸਿਆਣੇ ਬਣੋ, ਤੇ ਕਦੇ ਇਸ ਪੱਖ ਨੂੰ ਗੌਰ ਨਾਲ ਵੇਖਣਾ, ਜਿਹਦੇ ਮੋਢੇ ਤੇ ਹੱਥ ਰੱਖਿਆ ਹੋਵੇ ਕਹਿੰਦਾ ਉਹਦੀ ਨਿਗਾਹਾਂ ਤੁਹਾਡੇ ਲੁੱਟ ਜਾਣਗੀਆਂ, ਕੀ ਕਰਾਂ ਫਿਰ ਮੈਂ? ਉਹ ਸਵਾਲੀਆ ਨਿਸ਼ ਪੁੱਛੇਗਾ, ਭਾਵੇਂ ਉਹ ਉਮਰ ਦੇ ਕਿਸੇ ਮੁਕਾਮ ਤੇ ਹੋਵੇ, ਉਹ ਭਿੱਜੀਆਂ ਤੇ ਦਬਦਬਾਈਆਂ ਅੱਖਾਂ ਦੇ ਨਾਲ ਤੁਹਾਡੇ ਵੱਲ ਦੇਖੇਗਾ। ਜਦੋਂ ਪਿਆਰ ਨਾਲ ਉਹਨੂੰ ਥਾਪੀ ਦੇ ਕੇ ਕਹਾਂਗੇ ਬੇਟਾ ਸਿਆਣੇ ਬਣੋ, ਤਕੜੇ ਹੋ, ਤੇ ਉਹ ਨਜ਼ਰਾਂ ਉਠਾ ਕੇ ਦੇਖੇਗਾ। ਇੱਥੋਂ ਆਸ ਹੈ ਕੋਈ ਹੋਰ ਖਿਆਲ ਮਿਲੇਗਾ ਮੈਨੂੰ ਸਿਆਣਾ ਬਣਾਉਣ ਵਾਸਤੇ, ਮੈਨੂੰ ਡਿੱਗੇ ਪਏ ਨੂੰ ਉਠਾਉਣ ਵਾਸਤੇ ਇਹ ਕੋਈ ਹੋਰ ਖਿਆਲ ਦੇਵੇਗਾ। ਜਦੋਂ ਸਤਿਗੁਰੂ ਨੇ ਲਿਖਿਆ ਨਾ ਸਿਆਣੇ ਬਣੋ, ਤੇ ਸੁਭਾਵਕ ਹੈ ਉਹਨਾਂ ਵੀ ਗੁਰੂ ਨਾਨਕ ਵੱਲ ਵੇਖਿਆ ਹੋਵੇਗਾ ਨਾ। ਅੱਜ ਵੀ ਅਸੀਂ ਗੁਰੂ ਨਾਨਕ ਵੱਲ ਹੀ ਵੇਖਦੇ ਹਾਂ। ਅਸਲ ਵਿੱਚ ਜਦੋਂ ਕਿਤੇ ਸਾਡੇ ਨਾਲ ਕੋਈ ਗੁਰੂ ਦੀ ਗੱਲ ਕਰਦਾ ਹੈ ਤੇ ਅਸੀਂ ਕਿਹਦੇ ਵੱਲ ਦੇਖਦੇ ਹਾਂ? ਮਤ ਖਿਆਲ ਕਰਨਾ, ਅਸੀਂ ਉਸ ਵਿਅਕਤੀ ਵੱਲ ਦੇਖਦੇ ਹਾਂ, ਉਸ ਵਿਅਕਤੀ ਦੇ ਰਾਹੀਂ ਅਸੀਂ ਗੁਰੂ ਨਾਨਕ ਵੱਲ ਦੇਖਦੇ ਹਾਂ, ਕਿਉਂਕਿ ਸਾਡੇ ਦਰਸ਼ਨ ਚ ਸਾਡੀ ਨਿਗਾਹ ਦੇ ਵਿੱਚ ਕੇਵਲ ਗੁਰੂ ਨਾਨਕ ਹੈ। ਜਦੋਂ ਨਿਗਾਹ ਭਰ ਕੇ ਦੇਖਾਂਗੇ ਮਹਾਰਾਜ ਫਿਰ ਕੀ ਹੈ? ਇੱਥੇ ਬੜਾ ਪਿਆਰਾ ਸੀ ਮੇਰਾ ਕੁਛ ਕਰ ਗਿਆ, ਮੇਰੇ ਕੋਲ ਨਹੀਂ ਹੈ। ਉਦੋਂ ਪਾਤਸ਼ਾਹ ਕਹਿਣ ਲੱਗੇ ਸਿਆਣੇ ਬਣੋ, ਗਿਆਨੀ ਤੂੰ ਤਾਂ ਸਿਆਣਾ ਹੈ, ਤੂੰ ਤੇ ਪੜ੍ਹਿਆ ਲਿਖਿਆ ਹੈ। ਆਪ ਸਾਡਾ ਮਨੁੱਖੀ ਸੁਭਾਵ ਹੈ ਔਰ ਇਹ ਮਨੋਵਿਗਿਆਨ ਚ ਪੜ੍ਹਾਇਆ ਜਾਂਦਾ ਹੈ ਕਿ ਸਾਹਮਣੇ ਵਾਲਾ ਬੰਦਾ ਭਾਵੇਂ ਨਿਹਾਇਤ ਮੂਰਖ ਵੀ ਕਿਉਂ ਨਾ ਹੋਵੇ, ਅਗਰ ਉਹ ਤੋਂ ਕੋਈ ਕੰਮ ਲੈਣਾ ਹੈ, ਉਹਨੂੰ ਕੁਛ ਕਰਾਉਣਾ ਹੈ ਤੇ ਕਹਿਣਾ ਤੂੰ ਤੇ ਬੜਾ ਸਿਆਣਾ ਹੈ। ਜੇ ਭਾਵੇਂ ਸੰਸਾਰ ਚ ਬਾਹਰੋਂ ਗੱਲ ਚੰਗੀ ਲੱਗੇ ਤੇ ਕਦੇ ਕਦੇ ਨਾ ਚੰਗੀ ਲੱਗੇ, ਪਰ ਅਗਰ ਤੁਸੀਂ ਸਾਹਮਣੇ ਵਾਲੇ ਤੋਂ ਕੁਛ ਕਰਵਾਉਣਾ ਹੈ, ਕੋਈ ਕੰਮ ਕਰਵਾਉਣਾ ਚਾਹੁੰਦੇ ਹੋ, ਤੇ ਥਾਪੀ ਦੇ ਕੇ ਕਹਿਣਾ ਬੇਟਾ ਤੂੰ ਤੇ ਬੜਾ ਸਿਆਣਾ ਹੈ, ਤੂੰ ਤੇ ਬੜਾ ਸਮਝਦਾਰ ਹੈ। ਸ਼ਾਇਦ ਸਾਡੇ ਘਰਾਂ ਚ ਵੇਖਿਆ ਹੋਣਾ ਬੱਚਾ ਨਾਦਾਨ ਹੈ, ਪਰਮਾ ਕੀ ਕਹਿੰਦੀ ਮੇਰਾ ਰਾਜਾ ਬੇਟਾ ਹੈ, ਬੜਾ ਸਿਆਣਾ ਪੁੱਤ ਹੈ ਮੇਰਾ, ਉਹਨੂੰ ਪਤਾ ਕੁਛ ਨਹੀਂ, ਪਰ ਉਹ ਇੰਨੀ ਕੁ ਗੱਲ ਸੁਣ ਕੇ ਆਪਣੇ ਆਪ ਸਿਆਣਾ ਬਣ ਬਹਿੰਦਾ ਹੈ। ਇਹ ਗਲਤ ਪੱਖ ਵੀ ਹੋ ਸਕਦਾ ਹੈ ਪਰ ਬਹੁਤ ਚੰਗਾ ਪੱਖ ਤੇ। ਜਦੋਂ ਗੁਰੂ ਪਾਤਸ਼ਾਹ ਸਾਨੂੰ ਕਿਤੇ ਸਾਧੋ ਕਹਿੰਦੇ ਨੇ, ਭਾਵੇਂ ਸਾਡਾ ਮਾਨ ਤਿਆਗਣ ਵਾਸਤੇ ਕਹਿੰਦੇ ਨੇ, ਪਰ ਕਹਿੰਦੇ ਕਿ ਸਾਧੋ ਮਨ ਕਾ ਮਾਨ, ਤੁਸੀਂ ਸਾਧ ਬੜੇ ਚੰਗੇ ਹੋ। ਅੱਜ ਕਹਿੰਦੇ ਗਿਆਨੀ ਸਮਝ, ਬੁੱਝ ਰਹੇ ਗਿਆਨੀ ਤੂੰ ਤੇ ਬੜੇ ਸਿਆਣੇ ਹੋ, ਸਮਝਦਾਰ ਹੋ, ਗੱਲ ਸਮਝ ਲਓ। ਸਮਝਦੇ ਕਿਉਂ ਨੀ ਤੁਸੀਂ ਗੱਲ ਨੂੰ? ਮਹਾਰਾਜ ਕੀ ਸਮਝਣਾ ਐਸਾ? ਕਹਿੰਦੇ ਇੱਥੇ ਸੰਸਾਰ ਵਿੱਚ ਮੌਤ ਥੋੜਾ ਹੁੰਦੀ ਹੈ। ਯਾਦ ਰੱਖਣਾ ਅਸੀਂ ਜੋ ਬਾਣੀ ਪੜ੍ਹਨ ਵਾਲੇ ਗੁਰੂ ਨਾਨਕ ਦੇ ਸਿੱਖ ਹਾਂ, ਸਾਡਾ ਵੀ ਇੱਕ ਡੈਸਟੀਨੇਸ਼ਨ ਹੈ, ਅਸਾਂ ਵੀ ਇੱਥੇ ਪਹੁੰਚਣਾ ਹੈ ਵੀ ਸਾਡੀ ਮੌਤ ਨਹੀਂ ਹੈ। ਸਾਡੇ ਜੀਵਨ ਵਿੱਚੋਂ ਜਿਵੇਂ ਆਪਾਂ ਕਦੇ ਕਦੇ ਕਹਿੰਦੇ ਨਾ ਹੁਣ ਆ ਬੱਚਾ ਪੜ੍ਹ ਗਏ ਅਵਿਦਿਆ ਦਾ ਨਾਸ਼ ਹੋ ਗਿਆ, ਜਦੋਂ ਚਾਰ ਅੱਖਰ ਕੋਈ ਪੜ੍ਹ ਜਾਂਦਾ ਹੈ ਆਪਾਂ ਕਹਿੰਦੇ ਨਾ ਅਵਿਦਿਆ ਦਾ ਨਾਸ਼ ਹੋ ਗਿਆ। ਕੋਈ ਕਹਿੰਦਾ ਜੀ ਹੁਣ ਹੰਕਾਰ ਦਾ ਨਾਸ਼ ਹੋ ਗਿਆ, ਕੋਈ ਕਹਿੰਦਾ ਜੀ ਬਿਮਾਰੀ ਦਾ ਨਾਸ਼ ਹੋ ਗਿਆ, ਕੋਈ ਕਹਿੰਦਾ ਜੀ ਗਰੀਬੀ ਦਾ ਨਾਸ਼ ਹੋ ਗਿਆ। ਇਹ ਗੱਲਾਂ ਸਮਾਜਿਕ ਨੇ, ਪਰ ਕਿਤੇ ਅਸੀਂ ਇਸ ਮੁਕਾਮ ਤੇ ਪਹੁੰਚ ਜਾਈਏ ਸਿੱਖ ਦੇ ਜੀਵਨ ਵਿੱਚੋਂ ਮੌਤ ਮਰ ਗਈ।
सिख दे जीवन विचों मौत दा नाश हो गया, जिस दिन सिख नू अमृत मिल गया, अमृत मुकाम हासिल हो गया, उदो मौत पिछे रह गई। अमृत दा आखरी अर्थ ही ते है ना, आ मृत जिथे मौत नहीं, जिथे मौत नहीं है सिख ने उथे पहुंचना है। असा उस मुकाम नू हासिल करना है जिथे मौत नहीं है। यही तो साडा अकाल दी उपासना दा मुकाम है। मूल मंत्र सारे पढ़े है ना, उदे च है ना अकाल मूरत साडा डेस्टिनेशन है। सानू के है ना पूजा अकाल की, अकाल दी पूजा मतलब काल दी नहीं। आ जो कुछ संसार की है सकल काल का, सकल काल का की है तमाशा है ना, सारा काल दा पसारा है। असी काल चक्र तो पार जाना है, असी अमृत दे मुकाम ते जाना। ते गुरु नानक बड़े प्यार नाल कहणगे समझ, आ जिथे तू बैठा होया ना, पौने पानी अग्नि का मेल, महाराज साडा प्यारा चलाना कर गए है कि नहीं। जो होया ना इसनू समझ, जिस शरीर की आपां असि तुसी गल करदे आ, इस शरीर दे वणतर पौन पानी अते अग्नि दा मेल ही ते है, जिन्हों आप मोटे मोटे तौर ते पंज तत् कह सकते हैं। क्योंकि इत्थे तिन्हां दा नाम ले है, दरअसल इहदा संकेतक भाव है कि शरीर पंजां तत्तां दा सुमेल ही ते है। होर की है, अज साडा शरीर है पंजां तत्तां दा सुमेल ही ते है ना। इस पंजां तत्तां दे सुमेल दे विच की है, चंचल चपल बुद्ध, चंचल चपल बुद्धि ते काम करदी पई है। थोड़ा जा ख्याल करिए, जे कोई शरीरक तौर ते बैठा होवे पर बुद्धि बिल्कुल नहीं है, बुद्धि जीरो है, तो साडे किहड़े काम दा है। भावें साडे घर ते पुत्र रूप जन्मे है, ते भावें साडे सके भैण भरावां दे रूप च विचरदा है, अगर उसकी बुद्धि जीरो है ते साडे किहड़े काम आएगा। असी उस नूं घर भी नहीं बहुता च रख पावांगे, असी फिर उस नूं पागलखाने भेज देने आ। संबंध नहीं टुट, क्योंकि जितना संसार का संबंध है ये बुद्धि के लैवल ते ही है। पर सच जाना, जितना निरंकार नाल संबंध जुड़ेगा वो सुरत के लैवल ते जुड़ेगा। संसार का जितना संबंध है ये सारा बुद्धि के लैवल ते है। जेडे साडे विचों संसारी तौर पर बुद्धिहीन होंगे ने, दुनियावी तौर पर कह दिए मतहीन होंगे ने, ते सच जाना उन्होंने को मन भी एक्टिव नहीं होंदा। मन होंदा है, बुद्धि भी होंदी है, पर एक्टिव नहीं होंदी। होंदे ने खांदे ने, उन्ने घुलदे ने, रोटी खा लेंदे ने, पर भुख का एहसास नहीं किन्नी खानी है, स्वाद का एहसास नहीं होंदा। वस्त्र पाउंदे ने, पर वस्त्रां दे आनंद का ते वस्त्रां दे रंग का एहसास नहीं होंदा। नंगे ते कज्जे का उन्हां नूं एहसास नहीं होंदा। तमीज जो शब्द उर्दू दा है, सियाणप व्यवहार उन्हां कोल नहीं होंदा, परिवार की तमीज उन्हां कोल नहीं होंदी, सभ्यता उन्हां दे कोल नहीं होंदी, सियाणप उन्हां दे कोल नहीं, सिर्फ भुख ते नींद होंदी है। दरअसल ये भुख ते नींद शरीर के धर्म होने करके उन्हें भुख ते नींद होंदी है, पर बाकी उन्हां को कुछ नहीं होंदा। असी कितना कुछ झेलते हैं ये सब नूं पता है। कुछ समय बाद असी आप ही उन्हां नूं कितें छड्ड आउंदे हां, किसी आश्रम दे विच, किसी पागलखाने दे विच। हाँ, साल छे महीने बाद गए, पुछ पड़ताल कर आए भी हाँ ठीक ठाक ने, बस एक तो वध संबंध साडा टुट जाता है। क्योंकि सारा खेल जिहड़ा असीं तुसीं इक दूजे नूं देख रहे हां सुन रहे हां, ये चंचल चपल बुद्ध का खेल है। सारा संसार का विहार बुद्धि के मंडल से चलता है। शायद इसे करके अज तक संसार के मंडल दे विच जितने भी जो विद्या आपां कहिंदे आ, विद्या के विकास के नाल जो कुछ भी प्राप्त होया उन्होंने असीं बुद्धिमान, बुद्धिमत्ता ते बुद्धिजीवी ते तीन शब्दों के बनने की कोशिश की है। जिन्होंने इन्हें तेज किया असी के बड़ा बुद्धिमान है, जिसकी बुद्धि तेज होगी
ਉਹਦੀਆਂ ਗੱਲਾਂ ਨੂੰ ਸਿੱਖੇ ਨੇ ਬੁੱਧੀਮਤਾ ਬੜਾ ਸਿਆਣਾ ਹੋ ਗਿਆ ਸੋ ਉਹ ਤੋਂ ਵੀ ਤਾਂ ਟੱਪ ਗਿਆ ਅਸੀਂ ਕਹਿੰਦੇ ਇਹ ਬੁੱਧੀ ਜੀਵੀ ਹੈ ਆ ਕਦੇ ਕਦੇ ਆਪਾਂ ਪ੍ਰੋਫੈਸਰ ਨੂੰ ਵਕਾਲਤ ਕਰਨ ਵਾਲੇ ਵਕੀਲਾਂ ਨੂੰ ਜਦੋਂ ਕਿਤੇ ਸਾਨੂੰ ਕੋਈ ਲੈਕਚਰਸ ਦਿੰਦੇ ਨੇ ਕੋਈ ਆਰਟੀਕਲ ਸਿੱਖਦੇ ਨੇ ਉਹਨਾਂ ਦੀ ਮੀਟਿੰਗਸ ਹੁੰਦੀਆਂ ਨੇ ਅਸੀਂ ਕਹਿੰਦਾ ਇਹ ਬੁੱਧੀ ਜੀਵੀਆਂ ਦੀ ਭਾਈ ਇਹ ਸਾਡੇ ਆਮ ਲੋਕਾਂ ਦੇ ਵਾਸਤੇ ਗੱਲ ਨਹੀਂ ਇਹ ਤੇ ਬੁੱਧੀ ਜੀਵੀਆਂ ਦੀ ਗੱਲ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਬੁੱਧੀ ਦੇ ਮੰਡਲ ਤੇ ਸ਼ਿਖਰਾਂ ਤੇ ਵਿਚਰਦੇ ਨੇ ਆ ਜਿਤਨੇ ਵੀ ਸਾਡੇ ਸੰਸਾਰ ਭਰ ਦੇ ਦੇਸ਼ਾਂ ਦੇ ਮੁਲਕਾਂ ਦੇ ਜੋ ਕਿ ਪਲੈਨਿੰਗ ਹੁੰਦੀਆਂ ਨੇ ਯੋਜਨਾ ਆਯੋਗ ਜਿਹਨੂੰ ਅਸੀਂ ਆਪਾਂ ਹਿੰਦੀ ਚ ਕਹਿ ਦੇਣੇ ਆ ਉੱਥੇ ਸਿਆਣੇ ਤੋਂ ਸਿਆਣੇ ਬੰਦੇ ਚੁਣ ਕੇ ਬਿਠਾਏ ਜਾਂਦੇ ਨੇ ਜਿਹਨੂੰ ਸ਼ਾਇਦ ਆਮ ਭਾਸ਼ਾ ਚ ਥਿੰਕ ਟੈਂਕ ਕਿਹਾ ਜਾਂਦਾ ਹੈ ਹਰ ਮੁਲਕ ਦੇ ਕੋਲ ਸਿਆਣੇ ਬੰਦਿਆਂ ਦਾ ਇੱਕ ਸਮੂਹ ਹੁੰਦਾ ਹੈ ਜਿਹਨੂੰ ਥਿੰਕ ਟੈਂਕ ਕਹਿੰਦੇ ਨੇ ਉਹ ਆਪਣੇ ਆਪਣੇ ਫੀਲਡ ਦੀਆਂ ਚੰਗੀਆਂ ਐਡਵਾਂਸ ਸੋਚਾਂ ਦੇ ਨਾਲ ਕੰਮ ਕਰਦੇ ਨੇ ਕਿਉਂਕਿ ਹੈ ਤੇ ਸਾਰਾ ਬੁੱਧੀ ਦਾ ਖੇਲ ਹੀ ਨਾ ਪਾਤਸ਼ਾਹ ਕਹਿਣ ਲੱਗੇ ਜਿੱਥੇ ਤੂੰ ਬੈਠਾ ਪਿਆ ਹੈ ਜਿਹਦੇ ਵਿੱਚ ਤੂੰ ਵਿਚਰਦਾ ਪਿਆ ਹੈ ਇਹ ਪਾਵਨ ਪਾਣੀ ਅਗਨੀ ਕਾ ਮੇਲ ਹੈ ਦਰਅਸਲ ਆ ਤੇਰਾ ਸਰੀਰ ਪੰਜਾਂ ਤੱਤਾਂ ਦੀ ਰਚਨਾ ਹੈ ਔਰ ਇਹਦੇ ਵਿੱਚ ਇੱਕ ਬੁੱਧੀ ਵਰਤ ਰਹੀ ਹੈ ਨੌ ਦਰਵਾਜ਼ੇ ਦਸਵਾਂ ਦੁਆਰ ਅੱਖਰੀ ਅਰਥਾਂ ਕਰਕੇ ਦਰਵਾਜ਼ਾ ਅਤੇ ਦੁਆਰ ਸਮਾਨਾਂਤਰ ਅਰਥ ਹੈ ਆਪੇ ਪੜ੍ਹਦੇ ਸੁਣਦੇ ਹੋ ਦਰਵਾਜ਼ੇ ਦਾ ਅਰਥ ਵੀ ਉਹੀ ਹੈ ਤੇ ਦੁਆਰੇ ਦਾ ਅਰਥ ਵੀ ਉਹੀ ਹੈ ਅੱਖਰੀ ਅਰਥਾਂ ਕਰਕੇ ਦਰਵਾਜ਼ੇ ਅਤੇ ਦੁਆਰ ਦਾ ਇੱਕੋ ਜਿਹਾ ਅਰਥ ਹੈ ਪਰ ਪਾਤਸ਼ਾਹ ਸਾਹਿਬ ਜੀ ਨੇ ਇੱਕ ਭੇਤ ਪਾਇਆ ਜਿਸ ਭੇਤ ਨੂੰ ਕਿਤੇ ਸਮਝਣਾ ਦੁਆਰ ਦੇ ਰਾਰੇ ਨੂੰ ਔਂਕੜ ਲਾ ਦਿੱਤਾ ਹੈ ਨੌ ਦਰਵਾਜ਼ੇ ਦਸਵਾਂ ਦੁਆਰ ਅਸੀਂ ਨਿਤਨੇਮੇ ਵੀ ਪੜ੍ਹਦੇ ਨੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਸਾਨੂੰ ਦੱਸਿਆ ਗਿਆ ਕਿ ਸਰੀਰ ਦੇ ਸੰਸਾਰ ਦੇ ਨਾਲ ਸੰਬੰਧ ਜੁੜਨ ਵਾਸਤੇ ਇਹ ਨੌ ਦਰਵਾਜ਼ੇ ਨੇ ਸਰੀਰ ਦੇ ਸੰਸਾਰਕ ਕਿਰਿਆਵਾਂ ਵਾਸਤੇ ਸੰਸਾਰ ਦੇ ਸੰਬੰਧਾਂ ਵਾਸਤੇ ਤੇ ਸੰਸਾਰ ਦੇ ਬੁੱਧੀਮੱਤਾ ਦੇ ਮੰਡਲ ਵਾਸਤੇ ਸਾਡੇ ਕੋਲ ਨੌ ਮੁਕਾਮ ਨੇ ਨੌ ਦਰਵਾਜ਼ੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਤਮਾਮ ਸਰੀਰਕ ਤੇ ਮਾਨਸਿਕ ਕਿਰਿਆਵਾਂ ਦਾ ਸੰਚਾਲਨ ਕਰਦੇ ਰਹਿੰਦੇ ਹਾਂ ਪਰ ਇਹਨਾਂ ਦੀ ਵਿਆਖਿਆ ਗੁਰਬਾਣੀ ਵਿੱਚ ਸੰਕੇਤਕ ਇੱਕ ਦੋ ਥਾਂ ਤੇ ਕੀਤੀ ਗਈ ਹੈ ਉਹ ਵੀ ਸੰਕੇਤਕ ਹੈ ਜਿਵੇਂ ਇਹ ਰਸਨਾ ਇਹ ਨੇਤਰੋ ਮੇਰਿਓ ਇਹ ਸ਼ਰਣੋ ਮੇਰਿਓ ਬਸ ਇੰਨੀ ਕੁ ਸੰਕੇਤਕ ਹੈ ਇਹਨਾਂ ਦੀ ਇੱਕ ਬਹੁਤ ਵੱਡੀ ਵਿਆਖਿਆ ਨਹੀਂ ਕੀਤੀ ਗਈ ਪਰ ਜਿਸ ਨੂੰ ਦਸਵਾਂ ਦੁਆਰ ਕੇ ਉਹਦੀ ਵਿਆਖਿਆ ਬਹੁਤ ਹੈ ਔਰ ਮਜ਼ੇ ਦੀ ਗੱਲ ਹੈ ਕਿ ਜਿਸ ਦੀ ਬਹੁਤ ਵਿਆਖਿਆ ਹੈ ਉਸ ਦੀ ਸਾਡੇ ਆਮ ਜੀਵਨ 'ਚ ਚਰਚਾ ਬਹੁਤ ਘੱਟ ਹੈ ਵਿਆਖਿਆ ਬਹੁਤ ਹੈ ਉਹਦੀ ਗੱਲਾਂ ਬਹੁਤ ਨੇ ਪਰ ਸਾਡੇ ਜੀਵਨ 'ਚ ਉਹਦੀ ਚਰਚਾ ਘੱਟ ਹੈ ਪਤਾ ਕਿਉਂ ਸਾਨੂੰ ਪਤਾ ਹੀ ਉਹਦੇ ਬਾਰੇ ਦੀ ਹੈ ਸਰੀਰ ਦਾ ਅੰਗ ਹੈ ਵੀ ਸਰੀਰ ਦਾ ਅੰਗ ਪਰ ਚੂੰਕਿ ਉਹ ਇੱਕ ਧਿਆਨ ਮੰਗਦਾ ਹੈ ਉਸ ਦੁਆਰੇ ਤੱਕ ਪ੍ਰਗਟ ਹੋਣ ਵਾਸਤੇ ਵੀ ਧਿਆਨ ਮੰਗਦਾ ਹੈ ਜਿਵੇਂ ਸੱਚ ਤੇ ਇਹ ਹੈ ਕਿ ਸਾਡੇ ਸਰੀਰ ਦਾ ਹਰ ਦੁਆਰ ਧਿਆਨ ਮੰਗਦਾ ਹੈ ਜੇ ਇਸ ਤੋਂ ਧਿਆਨ ਨਾ ਹੋਏ ਤੇ ਹੁੰਦਾ ਹੋਇਆ ਵੀ ਨਹੀਂ ਹੁੰਦਾ ਪਰ ਚੂੰਕਿ ਇਹ ਸਰੀਰ ਦਾ ਉਹ ਪੱਖ ਹੈ ਜਿਹਨੂੰ ਛੋਇਆ ਜਾ ਸਕਦਾ ਹੈ ਜਿਹਨੂੰ ਅੱਜ ਕੱਲ੍ਹ ਅੰਗਰੇਜ਼ੀ ਭਾਸ਼ਾ 'ਚ ਮੈਨੂਅਲ ਕਹਿੰਦੇ ਨੇ ਇਸ ਨੂੰ ਛੋਇਆ ਜਾ ਸਕਦਾ ਹੈ ਇਹਨਾਂ ਦੇ ਨਾਲ ਛੂ ਕਲਾ ਹੈ ਸਪਰਸ਼ ਕਲਾ ਇਹਨਾਂ ਦੇ ਨਾਲ ਚੱਲਦੀ ਹੈ ਪਰ ਦਸਵੇਂ ਦੁਆਰ ਦੇ ਨਾਲ ਸਪਰਸ਼ ਕਲਾ ਇਹੋ ਜਿਹੀ ਨਹੀਂ ਚੱਲਦੀ ਦਸਵੇਂ ਦੁਆਰ ਦੇ ਨਾਲ ਧਿਆਨ ਦੀ ਸਪਰਸ਼ ਕਲਾ ਚੱਲਦੀ ਹੈ ਸਰੀਰ ਦੇ ਇਹਨਾਂ ਅੰਗਾਂ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਇੱਕ ਦੂਜੇ ਦੇ ਸਰੀਰ ਦੀ ਸਪਰਸ਼ ਕਲਾ ਸਾਡੇ ਆਪਣੇ ਹੀ ਕਿਸੇ ਅੰਗ ਦੀ ਦੂਜੇ ਅੰਗ ਨੂੰ ਸਪਰਸ਼ ਕਲਾ ਇਸ ਨੂੰ ਚੇਤਨਾ ਦੇ ਦਿੰਦੀ ਹੈ ਪਰ ਸੱਚਰਣਾ ਦਸਮ ਦੁਆਰ ਨੂੰ ਚੇਤਨ ਕਰਨ ਵਾਸਤੇ ਵੀ ਜੋ ਸਪਰਸ਼ ਕਲਾ ਹੈ ਹੈ ਸਪਰਸ਼ ਕਲਾ ਹੀ ਪਰ ਉਹ ਸ਼ਬਦ ਦੀ ਸਪਰਸ਼ ਕਲਾ ਹੈ ਕਿਉਂਕਿ ਗੁਪਤ ਹੈ ਨਾ ਇਸੇ ਕਰਕੇ ਗੁਪਤ ਨੂੰ ਉਸੇ ਦੇ ਨਾਲ ਖੋਲਿਆ ਜਾਏਗਾ ਉਸੇ ਨਾ ਜੋ ਸਾਡੇ ਲਈ ਗੁਪਤ ਹੈ ਜਿਵੇਂ ਦਿਸਦੇ ਹੋਏ ਤਾਲੇ ਦੀ ਚਾਬੀ ਤਾਂ ਦਿਸਦੀ ਹੁੰਦੀ ਹੈ ਪਰ ਜੋ ਤਾਲਾ ਗੁਪਤ ਹੈ ਜਿਹਨੂੰ ਗੁਪਤ ਰਖਾਇਆ ਕਿਹਾ ਗਿਆ ਹੈ ਜੋ ਦਿਸਦਾ ਨਹੀਂ ਹੈ ਜਿਸ ਨੂੰ ਅੱਜ ਤੱਕ ਦੇ ਜਿਹੜੇ ਆਪ ਦੇ ਵਿੱਚੋਂ ਸਰਜਣ ਬੈਠੇ ਹੋ ਗਏ ਜਿਹਨਾਂ ਨੇ ਸਰੀਰ ਦੇ
ਬੜੇ ਸਰਜਰੀਆਂ ਕੀਤੀਆਂ ਹੋਣਗੀਆਂ, ਸਾਰਾ ਦਿਮਾਗ ਖੋਲ ਖੋਲ ਕੇ ਦੇਖ ਲਿਆ ਹੋਵੇਗਾ, ਖੋਪੜੀਆਂ ਉਤਾਰ ਕੇ ਅਲੱਗ ਰੱਖ ਰੱਖ ਕੇ ਮਨੁੱਖ ਦੇ ਦਿਮਾਗ ਦੇ ਟੁਕੜੇ ਕਰ ਕਰਕੇ ਵੀ ਦੇਖ ਲਿਆ ਹੋਵੇਗਾ, ਉਹਨੂੰ ਉੱਥੋਂ ਕਿਤਿਓਂ ਵੀ ਦਸਵਾਂ ਦੁਆਰ ਨਹੀਂ ਲੱਭਿਆ, ਕਿਉਂਕਿ ਨੌ ਦੁਆਰੇ ਤੇ ਸਾਨੂੰ ਪ੍ਰਗਟ ਹੋ ਗਏ ਨੇ ਪਰ ਦਸਵਾਂ ਨਹੀਂ ਲੱਭਿਆ। ਪਰ ਇਹਦਾ ਮਤਲਬ ਇਹ ਤੇ ਨਹੀਂ ਕਿ ਦਸਵਾਂ ਹੈ ਨਹੀਂ। ਜਿਹੜੀ ਚੀਜ਼ ਮੈਨੂੰ ਨਾ ਲੱਭੇ ਇਹਦਾ ਮਤਲਬ ਇਹ ਤੇ ਨਹੀਂ ਕਿ ਨਹੀਂ ਹੈ। ਸਾਨੂੰ ਦਸ ਵੀਹ ਸੌ ਪੰਜਾਹ ਜੀਆਂ ਨੂੰ ਵਸਤੂ ਨਹੀਂ ਲੱਭੀ ਕੋਈ ਗੱਲ ਨਹੀਂ, ਪਰ ਇਹਦਾ ਮਤਲਬ ਇਹ ਤੇ ਨਹੀਂ ਕਿ ਉਹ ਹੈ ਨਹੀਂ। ਹੈ ਨਾ, ਸਾਨੂੰ ਨਹੀਂ ਲੱਭੀ ਤੇ ਜਦੋਂ ਦੋ ਚਾਰ ਦਸ ਦਿਨ ਮਿਹਨਤ ਕਰਨ ਤੋਂ ਬਾਅਦ ਚ ਵਸਤੂ ਨਾ ਮਿਲੇ ਤੇ ਅਸੀਂ ਕੀ ਕਰਦੇ ਹਾਂ, ਉਹ ਹੋਣੀ ਨਹੀਂ ਯਾਰ ਐਵੇਂ ਦੱਸਤਾ ਸਾਨੂੰ, ਖੇਡ ਪਾ ਤੀ, ਅਸੀਂ ਫਿਰ ਆਪਣਾ ਧਿਆਨ ਇਹ ਤੋਂ ਬਦਲੇ, ਅਸੀਂ ਕੋਸ਼ਿਸ਼ ਵੀ ਤੇ ਨਹੀਂ ਕੀਤੀ। ਸਾਡੇ ਚੋਂ ਜੇ ਅਸੀਂ ਬਾਣੀ ਪੜ੍ਹਨ ਵਾਲੇ ਕਿਸੇ ਹੋਰ ਦੀ ਗੱਲ ਨਾ ਕਰੀਏ, ਬਾਣੀ ਦੇ ਬਾਰੇ ਰੋਜ਼ ਪੜ੍ਹਦੇ ਹਾਂ, ਦਸਵਾਂ ਗੁਪਤ ਰਖਾਇਆ, ਪਰ ਦਸਵੇਂ ਦੇ ਬਾਰੇ ਅਸਾਂ ਮਿਹਨਤ ਕਿਤਨੀ ਕੀਤੀ ਹੈ। ਅਸੀਂ ਤੁਸੀਂ ਸਾਰੇ ਇੱਥੇ ਬੈਠੇ ਬਾਣੀ ਪੜ੍ਹਦੇ ਹਾਂ, ਲਗਭਗ ਜੇ ਸੰਸਾਰੀ ਪੱਧਰ ਤੇ ਕਿਹਾ ਜਾਏ ਤੇ ਇੱਕੀ ਕੁ ਸਾਲਾਂ ਦਾ ਸਮਾਂ ਤੇ ਮੇਰਾ ਤੇ ਤੁਹਾਡਾ ਵੀ ਹੋ ਗਿਆ। ਲਗਭਗ ਇੰਨੇ ਸਮੇਂ ਦੇ ਵਿੱਚ ਅਸਾਂ ਕਿਤਨੀ ਕੁ ਮਿਹਨਤ ਕੀਤੀ ਹੈ ਦਸਵੇਂ ਦੁਆਰ ਦੇ ਬਾਬਤ, ਕਿਤਨੀ ਕੁ ਇੱਕ ਦੂਜੇ ਦੇ ਨਾਲ ਚਰਚਾ ਕੀਤੀ ਹੈ ਕਿ ਭਾਈ ਅੱਜ ਆਪਾਂ ਬੈਠਦੇ ਹਾਂ, ਆਪਾਂ ਦੁਨੀਆਂ ਦੀ ਗੱਲਾਂ ਨਹੀਂ ਕਰਨੀਆਂ, ਆਪਾਂ ਕੇਵਲ ਦਸਵੇਂ ਦੁਆਰ ਦੇ ਬਾਬਤ ਹੀ ਧਿਆਨ ਕਰਨਾ ਹੈ, ਜਾਂ ਦਸਵੇਂ ਦੁਆਰ ਦੇ ਬਾਬਤ ਹੀ ਜੋ ਗੁਰਬਾਣੀ ਵਿੱਚ ਦੱਸਿਆ ਗਿਆ ਅਸਾਂ ਕੋਸ਼ਿਸ਼ ਕਰਨੀ ਹੈ, ਤੇ ਸ਼ਾਇਦ ਨਤੀਜਾ ਜਾਂ ਸਾਡੀ ਸਾਰੀਆਂ ਕਿਰਿਆਵਾਂ ਜੀਰੋ ਤੋਂ ਅੱਗੇ ਗਈਆਂ ਕਦੇ ਨਹੀਂ। ਜੇ ਕਿਤੇ ਅਸਾਂ ਨੇ ਦਸਵੇਂ ਦੁਆਰ ਦੇ ਬਾਬਤ ਕੋਈ ਗੱਲ ਕੀਤੀ ਹੋਏਗੀ ਤੇ ਕਟਾਕਸ਼ ਤਰਕ ਵਿਤਰਕ ਟਿੱਪਣੀ ਚ ਕੀਤੀ ਹੋਏਗੀ, ਖੋਜ ਵਿੱਚ ਨਹੀਂ ਕੀਤੀ ਹੋਏਗੀ। ਖੋਜਣ ਵਾਲੇ ਸਾਡੇ ਚੋਂ ਕਿੰਨੇ ਕੁ ਆ ਆਪਣੇ ਆਪਣੇ ਕਲੇਜੇ ਤੇ ਹੱਥ ਰੱਖ ਕੇ ਦੇਖ ਸਕਦੇ ਆ ਕਿ ਮੈਂ ਨਿੱਜੀ ਤੌਰ ਤੇ ਦਸਵੇਂ ਦੁਆਰ ਦੀ ਖੋਜ ਵਿੱਚ ਕਿਤਨਾ ਕੁ ਸਮਾਂ ਲਾਇਆ, ਤੇ ਨਤੀਜਾ ਸਾਨੂੰ ਪਤਾ ਹੈ ਨਹੀਂ। ਅਸਾਂ ਬਾਕੀ ਸਰੀਰ ਬਾਰੇ ਚਰਚਾ ਕੀਤਾ ਹੋਏਗਾ ਤੇ ਜੇ ਸਾਡਾ ਚਰਚਾ ਹੁੰਦਾ ਹੀ ਹੈ ਤੇ ਦੁੱਖ ਸੁੱਖ ਦੇ ਬਾਰੇ ਹੁੰਦਾ ਹੈ, ਪਰਿਵਾਰਾਂ ਦੇ ਬਾਰੇ ਥੋੜਾ ਬਹੁਤਾ ਹੁੰਦਾ ਹੈ, ਰਾਜਨੀਤੀ ਦੇ ਬਾਰੇ ਹੋ ਜਾਂਦਾ ਹੈ, ਪਰ ਅਸਾਂ ਕਦੇ ਯਤਨ ਵੀ ਤੇ ਨਹੀਂ ਕੀਤਾ, ਨਾ ਨਿੱਜੀ ਅਤੇ ਨਾ ਸਮੂਹਿਕ ਸਾਡੀ ਇਹਨਾਂ ਸੰਸਥਾਵਾਂ ਦੇ ਵਿੱਚ ਵੀ, ਤੇ ਕਦੇ ਕੋਈ ਐਸੀ ਸਭਾ ਨਹੀਂ ਹੋਈ ਨਾ ਵੀ ਚਲੋ ਆਪਾਂ ਦਸਵੇਂ ਦੁਆਰ ਦੇ ਵਿਸ਼ੇ ਤੇ ਬਹਿ ਕੇ ਡੂੰਘੀਆਂ ਗੱਲਾਂ ਕਰਦੇ ਹਾਂ, ਉਹਨਾਂ ਜੀਆਂ ਦੀ ਤਲਾਸ਼ ਕਰਦੇ ਹਾਂ ਜਿਹਨਾਂ ਇਹਦੇ ਬਾਰੇ ਕੁਛ ਕੋਸ਼ਿਸ਼ ਕੀਤੀ ਹੈ। ਬਲਕਿ ਜੇ ਕੋਈ ਗੱਲ ਕਰਦਾ ਹੈ ਤੇ ਅਸੀਂ ਉਹਨੂੰ ਨਕਾਰਾਤਮਕ ਪੱਖ ਨਾਲ ਦੇਖਦੇ ਹਾਂ, ਉਸ ਨੂੰ ਰਿਜੈਕਟ ਕਰ ਦਿੰਦੇ ਹਾਂ, ਪਰ ਸੱਚ ਜਾਣਾ ਮੈਨੂੰ ਨਹੀਂ ਲੱਭਾ, ਤੁਹਾਨੂੰ ਨਹੀਂ ਲੱਭਾ, ਸਾਡੇ ਤੁਹਾਡੇ ਅੱਗੇ ਦਸ ਵੀਹ ਪੰਜਾਹ ਸੌ ਹਜ਼ਾਰ ਬੰਦਿਆਂ ਨੂੰ ਨਹੀਂ ਲੱਭਾ, ਪਰ ਫਿਰ ਵੀ ਉਹ ਹੈਗਾ ਜੀ, ਉਹ ਹੈਗਾ ਹੈ, ਕਿਉਂਕਿ ਗੁਰੂ ਨਾਨਕ ਕਹਿ ਰਹੇ ਨੇ। ਕਿਸੇ ਹੋਰ ਦੀ ਗੱਲ ਨੂੰ ਅਸੀਂ ਕੱਟ ਸਕਦੇ ਹਾਂ, ਹੋ ਸਕਦਾ ਅਸੀਂ ਸਿਆਣੇ ਹੋ ਜਾਈਏ, ਸ਼ਹਿਰੇਸੇ ਕਰਕੇ ਮੈਂ ਕਈ ਵਾਰ ਗੱਲਾਂ ਕਰਦਾ ਕਿ ਸੰਸਾਰ ਦੇ ਅਸੀਂ ਸ਼ਬਦ ਇੱਕ ਵਰਤ ਲਈਏ ਸਿਧਾਂਤ, ਆਪਾਂ ਸ਼ਬਦ ਵਰਤਿਆ ਸਿਧਾਂਤ, ਇਹ ਸਿਧਾਂਤ ਹੈ, ਨਿਊਟਨ ਦਾ ਸਿਧਾਂਤ ਹੈ, ਡਾਰਵਿਨ ਦਾ ਸਿਧਾਂਤ ਹੈ, ਗਣਿਤ ਪੈਥਾਗੋਰਸ ਦਾ ਸਿਧਾਂਤ ਹੈ, ਪਰ ਸਿੱਧ ਹੋ ਚੁੱਕੇ ਨੇ ਉਹ, ਦੂਜੀ ਤੀਜੀ ਦੇ ਵਿਦਿਆਰਥੀਆਂ ਨੂੰ ਬਤਾਏ ਕਿ ਨਿਊਟਨ ਨੇ ਕੀ ਕਿਹਾ ਸੀ, ਸਿਧਾਂਤ ਸਿੱਧ ਹੋ ਚੁੱਕਾ ਹੈ, ਹੁਣ ਉਹਦਾ ਅੰਤ ਹੋ ਚੁੱਕਾ ਹੈ, ਹੁਣ ਕੋਈ ਨਵਾਂ ਸਿਧਾਂਤ ਆਏਗਾ, ਪਰ ਗੁਰੂ ਨਾਨਕ ਦੇ ਸਿਧਾਂਤ ਨਹੀਂ ਗਏ, ਸਿਧਾਂਤ ਤੇ ਸਿੱਧ ਹੋ ਜਾਂਦੇ ਨੇ। ਸਿਧਾਂਤ ਆਖਰੀ ਅਰਥ ਦਾ ਸਿੱਧ ਅੰਤ, ਸਿੱਧ ਅੰਤ ਸਿਧਾਂਤ ਹੈ, ਜੋ ਸਿੱਧ ਹੋ ਗਏ, ਜੋ ਸਰਲ ਹੋ ਗਏ, ਜੋ ਹੱਲ ਕਰ ਲਿਆ ਗਏ, ਪਰ ਗੁਰੂ ਨਾਨਕ ਨੇ ਕੀ ਦਿੱਤਾ ਸਾਨੂੰ, ਸਿਧਾਂਤ ਦਿੱਤੇ ਨੇ, ਸਿਧਾਂਤ ਤੇ ਟਕਰਾਉਂਦੇ ਨੇ, ਸ਼ਾਇਦ ਇਸੇ ਕਰਕੇ ਵਿਗਿਆਨੀਆਂ ਦੇ ਵਿੱਚ ਵੀ ਟਕਰਾਓ ਚੱਲਦਾ ਰਹਿੰਦਾ ਹੈ, ਗਿਆਨੀਆਂ ਚ ਟਕਰਾਓ ਚ, ਕਿਉਂਕਿ ਸਿਧਾਂਤ ਰੱਖਾਂਗੇ ਮੇਰਾ ਆਪਣਾ ਸਿਧਾਂਤ ਹੋਏਗਾ, ਤੁਹਾਡਾ ਆਪਣਾ ਸਿਧਾਂਤ ਹੋਏਗਾ, ਅਸੀਂ ਟਕਰਾਵਾਂਗੇ। ਗੁਰੂ ਨਾਨਕ ਨੇ ਸਾਨੂੰ ਸਿਧਾਂਤ ਨਹੀਂ ਦਿੱਤੇ, ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਸਾਨੂੰ ਰੋਸ਼ਨੀ ਦਿੱਤੀ ਹੈ। ਅਸੀਂ ਤੁਸੀਂ ਬਾਣੀ ਦੇ ਬਾਬਤ ਕੀ ਕਹਿੰਦੇ ਹਾਂ, ਅਲੱਗ ਅਲੱਗ ਸ਼ਾਇਦ ਬਿਆਨ ਸਾਡੇ ਹੋਣ, ਮੇਰਾ ਬਿਆਨ ਤੇ ਤੁਹਾਡਾ ਬਿਆਨ ਅਲੱਗ ਅਲੱਗ ਹੋਏਗਾ, ਜੇ ਗੁਰੂ ਨਾਨਕ ਦੀ ਬਾਣੀ ਚੋਂ ਹੀ ਪੁੱਛੀਏ ਗੁਰਬਾਣੀ ਕੀ ਹੈ, ਤੇ ਮਹਾਰਾਜ ਕਹਿੰਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ, ਤੇ ਚਾਨਣ ਦਾ ਮਤਲਬ ਹੁੰਦਾ ਟਕਰਾਉਣਾ, ਖਤਮ,
ਹਨੇਰੇ ਵਿੱਚ ਤੇ ਟਕਰਾਇਆ ਜਾਏ ਮਾਫੀ ਹੈ, ਤੇ ਹਨੇਰਾ ਸੀ ਟਕਰਾ ਗਏ, ਹੁਣ ਚੰਨ ਵਿੱਚ ਟਕਰਾਓ ਤੇ ਮਾਫੀ ਨਹੀਂ ਹੈ। ਇਹਦਾ ਮਤਲਬ ਜੇ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹਿਣ ਵਾਣ ਵਾਲੇ ਟਕਰਾ ਰਹੇ ਹਾਂ ਜਾਂ ਟਕਰਾਉਂਦੇ ਹਾਂ ਤੇ ਸਾਨੂੰ ਮਾਫੀ ਨਹੀਂ ਹੈ, ਕਿਉਂਕਿ ਅਸੀਂ ਹਾਥ ਦੀਪ ਕੂਆ ਪਰ ਵਾਲੀ ਗੱਲ ਸਾਡੇ ਤੇ ਟੁੱਕਦੀ ਹੈ। ਫਿਰ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰ ਹੈ। ਹੁਣ ਦੀਵਾ ਹੱਥੋਂ ਚੱਲਿਆ ਤੇ ਸਮਝ ਹੋਣੀ ਚਾਹੀਦੀ ਹੈ, ਭਾਵੇਂ ਇੱਕ ਕਦਮ ਚੱਲਾਂ, ਇੱਕ ਕਦਮ ਠੀਕ ਹੈ ਚੱਲੇ ਤੇ ਸਹੀ ਨਾ ਚੇਤਾ ਰੱਖਣਾ। ਜੇ ਗੁਰੂ ਨਾਨਕ ਕਹਿੰਦੇ ਨੇ ਦਸਮ ਦੁਆਰ ਹੈ ਤੇ ਹੈ, ਹੁਣ ਉਹ ਗੱਲ ਹੈ ਅਸੀਂ ਕਿਤਨੀ ਕੋਸ਼ਿਸ਼ ਕੀਤੀ ਹੈ, ਯਤਨ ਕਰਿਆ ਕਰੀਏ ਥੋੜਾ ਥੋੜਾ। ਮੈਂ ਬੇਨਤੀ ਕਰਾਂ ਇੱਥੇ ਬੈਠ ਕੇ ਸਮੂਹਿਕ ਅਭਿਆਸ ਕਰਦੇ ਨਾ, ਸ਼ਰਾਬ ਕੁੜੇ ਵੀ ਯਾਦ ਹੋਏਗਾ ਸ਼ਤਾਬਦੀ ਦੀ ਪਰਿਵਰਤਨ ਹੋ ਰਿਹਾ ਸੀ, ਜਦੋਂ ਸ਼ਤਾਬਦੀ ਆਏ ਨਵੇਂ ਸਾਲ ਪਰਿਵਰਤਨ ਹੁੰਦੇ ਨਾ, ਜਦੋਂ ਅਸੀਂ ਸ਼ਤਾਬਦੀ ਪਰਿਵਰਤਨ ਦੌਰ ਵਿੱਚ ਸਾਂ ਤੇ ਉਦੋਂ ਇੱਥੇ ਖਿਆਲ ਪ੍ਰਾਪਤ ਹੋਇਆ ਸੀ ਭਾਈ ਜਸਵੀਰ ਸਿੰਘ ਖੰਨੇਵਾਲੇ ਦੇ ਰਾਹੀਂ ਕਿ ਭਾਈ ਕੁਛ ਐਸਾ ਕਰ ਲਓ ਜੋ ਤੁਹਾਡੇ ਜੀਵਨ ਵਿੱਚ ਪਰਿਵਰਤਨ ਦੇ ਸਕੇ। ਜੋ ਸਵੇਰੇ ਬੈਠ ਕੇ ਆਪ ਜੀ ਤੇ ਸਮਾਂ ਆਪ ਦੀ ਨੀਅਤ ਕੀਤਾ, 4 ਤੋਂ 5 ਬੈਠ ਕੇ ਵਾਹਿਗੁਰੂ ਜਪਦੇ, ਉਦੋਂ ਯਤਨ ਸੀ ਕਿ ਅਸੀਂ ਕੁਛ ਕਰ ਸਕੀਏ, ਇਸ ਰੋਸ਼ਨੀ ਨੂੰ ਮਾਣ ਸਕੀਏ। ਉਹਦੇ ਚ ਹੁਕਮ ਹੈ ਕਦੇ ਪੜ੍ਹਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਧਿਆਵੈ। ਕਿਉਂਕਿ ਜਦੋਂ ਧਿਆਨ ਦੇ ਮਾਰਗ ਤੇ ਥੋੜਾ ਜਿਹਾ ਵੀ ਕਿਤੇ ਕੰਮ ਕਰਾਂਗੇ ਤੇ ਫਿਰ ਸ਼ਾਇਦ ਅਹਿਸਾਸ ਹੋ ਜਾਏ ਕਿਸੇ ਦਿਨ ਕਿ ਦਸਮ ਦੁਆਰ ਹੈ ਤੇ ਕਿੱਥੇ ਹੈ, ਇਹਦਾ ਅਧਿਐਨ ਕਰੀਏ। ਪਾਤਸ਼ਾਹ ਕਹਿਣ ਲੱਗੇ ਭਾਈ ਗਿਆਨੀ ਇੱਕ ਗੱਲ ਸਮਝ, ਤੂੰ ਤੇ ਕਿਸੇ ਜੀ ਦੇ ਚਲਾਣੇ ਤੇ ਰੋਣ ਪੁੱਟਣ ਬਹਿ ਜਾਣਾ ਹੈ, ਆ ਜਿਸ ਦਾ ਤੂੰ ਚਰਚਾ ਦੇਖ ਰਿਹਾ ਹੈ ਇਹ ਸਾਰਾ ਚੰਚਲ ਚਪਲ ਬੁੱਧ ਕਾ ਖੇਲ ਹੈ ਤੇ ਪੌਣ ਪਾਣੀ ਅਗਨੀ ਕਾ ਮੇਲ ਹੈ। ਇਹ 5 ਤੱਤਾਂ ਦਾ ਸੁਮੇਲ ਹੈ ਤੇ ਇਹਦੇ ਵਿੱਚ ਬੁੱਧੀ ਦਾ ਖੇਲ ਹੈ, ਇਹ ਤੋਂ ਵੱਧ ਕੁਛ ਨਹੀਂ। ਪਰ ਇੱਕ ਗੱਲ ਚੇਤਾ ਰੱਖ, ਇਹ ਜੋ 9 ਦਰਵਾਜ਼ੇ ਪ੍ਰਾਪਤ ਹੋਏ ਨੇ ਜੇ ਬੁੱਧੀ ਦੇ ਸਦਕੇ ਚੱਲਦੇ ਨੇ। ਗੱਲ ਥੋੜਾ ਚਲੀਏ, ਜਿੰਨੇ ਸਾਡੇ ਕੋਲ 9 ਦਰਵਾਜ਼ੇ ਨੇ ਇਹ ਬੁੱਧੀ ਦੇ ਲੈਵਲ ਤੇ ਹੀ ਚੱਲਦੇ ਨੇ ਤੇ ਬੁੱਧੀਮਾਨ ਵਿਅਕਤੀ ਇਹਨਾਂ ਦੀ ਸਹੀ ਜਾਂ ਗਲਤ ਵਰਤੋਂ ਕਰ ਸਕਦਾ ਹੈ। ਆ ਜਿਤਨੀ ਵੀ ਸੰਸਾਰ ਦੇ ਵਿੱਚ ਵਰਤੋਂ ਹੈ, ਸਹੀ ਹੈ ਜਾਂ ਗਲਤ ਹੈ, ਉਹ ਬੁੱਧੀਮਾਨੀ ਦੇ ਸਦਕੇ ਹੀ ਹੋ ਰਹੀ ਹੈ। ਮੂਰਖ ਵਿਅਕਤੀ, ਨਾਦਾਨ ਵਿਅਕਤੀ ਜਿਹਦੀ ਬੁੱਧੀ ਕੰਮ ਨਹੀਂ ਕਰਦੀ, ਉਹ ਇਹਨਾਂ ਦੀ ਜੇ ਸਹੀ ਵਰਤੋਂ ਨਹੀਂ ਕਰ ਸਕਦਾ ਨਾ, ਤੇ ਸੱਚ ਜਾਣਾ ਉਹ ਗਲਤ ਵਰਤੋਂ ਵੀ ਨਹੀਂ ਕਰ ਪਾਏਗਾ। ਜੇ ਚੀਜ਼ਾਂ ਦੀ ਸਹੀ ਵਰਤੋਂ ਹੈ ਜਾਂ ਗਲਤ ਵਰਤੋਂ ਹੈ, ਇਹ ਬੁੱਧੀਮਾਨ ਵਿਅਕਤੀ ਹੀ ਕਰ ਸਕਦਾ ਹੈ। ਬੁੱਧੀਮਾਨ ਵਿਅਕਤੀ ਹੀ ਸਹੀ ਵਰਤੋਂ ਕਰਦਾ ਹੈ, ਬੁੱਧੀਮਾਨ ਵਿਅਕਤੀ ਹੀ ਗਲਤ ਵਰਤੋਂ ਕਰਦਾ ਹੈ। ਆਹ ਦੋ ਨਾਮ ਸਾਨੂੰ ਇੱਥੇ ਸੁਣਾਏ ਜਾਂਦੇ ਨੇ, ਜਿਨ੍ਹਾਂ ਨੇ ਇਸੇ ਬੁੱਧੀ ਨੂੰ ਵਰਤੇ ਹੈ, ਉਹਨੇ ਇੱਕ ਨੇ ਸਹੀ ਵਰਤੋਂ ਕੀਤੀ ਹੈ, ਇੱਕ ਨੇ ਗਲਤ ਵਰਤੋਂ ਕੀਤੀ ਹੈ। ਹੁਣੇ ਥੋੜੀ ਦੇਰ ਪਹਿਲਾਂ ਇੱਥੇ ਗਾਇਆ ਗਿਆ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਬੁੱਧੀ ਤੇ ਪ੍ਰਹਿਲਾਦ ਕੋਲ ਵੀ ਹੈ, ਪਰ ਪ੍ਰਹਿਲਾਦ ਨੇ ਸਹੀ ਵਰਤੋਂ ਕਰ ਲਈ ਹੈ, ਹਰਨਾਖਸ਼ ਕੋਲ ਵੀ ਹੈ ਪਰ ਹਰਨਾਕਸ਼ ਨੇ ਗਲਤ ਵਰਤੋਂ ਕਰ ਲਈ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁੱਖ ਲਾਇਆ, ਨਾਮ ਦੇਵ ਨੇ ਜਿਤਨੀ ਕੋਈ ਬੁੱਧੀ ਹੈ ਉਹਨੇ ਸਹੀ ਪਾਸੇ ਲਾ ਦਿੱਤੀ ਹੈ। ਦੂਸਰੇ ਜਿਹੜੇ ਲੋਕ ਨੇ ਬਹੁਤ ਬੁੱਧੀਮਾਨ ਹੋਣਗੇ ਨਾ, ਉਹ ਕੋਈ ਮੂਰਖ ਥੋੜਾ ਸੀਗੇ ਜਿਹਨਾਂ ਨਾਮਦੇਵ ਨੂੰ ਧੱਕਾ ਮਾਰੇ, ਜਿਹਨਾਂ ਨਾਮਦੇਵ ਨੂੰ ਮੰਦਿਰ ਚੋਂ ਕੱਢ ਦਿੱਤੇ, ਉਹ ਨਾਦਾਨ ਤੇ ਅਨਪੜ੍ਹ ਵਿਅਕਤੀ ਨਹੀਂ ਸੀਗੇ, ਪੜ੍ਹੇ ਲਿਖੇ ਹੋਣਗੇ, ਵਕਤ ਦੇ ਵਕਤਾ ਹੋਣਗੇ, ਗਿਆਤਾ ਹੋਣਗੇ, ਪਰ ਉਹਨਾਂ ਆਪਣੀ ਬੁੱਧੀ ਨੂੰ ਗਲਤ ਪਾਸੇ ਲਾ ਦਿੱਤਾ ਤੇ ਇੱਕ ਨੇ ਸਹੀ ਪਾਸੇ ਲਾ ਦਿੱਤਾ। ਸ਼ਾਇਦ ਇਸੇ ਕਰਕੇ ਇਹ ਤੁਕਾਂ ਸਾਨੂੰ ਸੁਬਹ ਸ਼ਾਮ 2 ਵਾਰ ਸੁਣਾਈਆਂ ਜਾਂਦੀਆਂ ਨੇ ਕਿ ਸਮਝ ਸਕੀਏ ਅਸੀਂ ਕਿਸ ਮੁਕਾਮ ਤੇ ਜਾਣਾ। ਜਦ ਇਹ 9 ਦਰਵਾਜ਼ੇ ਬੁੱਧੀ ਦੇ ਨਾਲ ਖੁੱਲਦੇ ਨੇ, ਕੋਈ ਗਲਤ ਵਰਤੋਂ ਕਰੇ ਤੇ ਭਾਵੇਂ ਕੋਈ ਠੀਕ ਵਰਤੋਂ ਕਰੇ, 10ਵਾਂ ਦਰਵਾਜ਼ਾ ਬੁੱਧੀ ਦੇ ਨਾਲ ਨਹੀਂ ਖੁੱਲਦਾ। ਬੁੱਧੀਮਾਨ ਵਿਅਕਤੀ ਹੀ ਕਹਿੰਦਾ ਹੈ 10ਵਾਂ ਦੁਆਰ ਨਹੀਂ ਹੈ।
अज तक जितने व्यक्ति यह कहते ने कि दर्शन द्वार नहीं है, कोई नादान नहीं गे, वो अनपढ़ नहीं गे, हाईली क्वालिफाइड बंदे ने। नादान बुद्धि साढ़े वर्ग धरत बंदा आम कहना हाँ जी होएगा जी पता नहीं मैनू, पर वो कहता नहीं जी नहीं है, क्योंकि उसने अपनी बुद्धि दौड़ाया है, उन्हें बुद्धि जिथों तक ले जा सकता सी ले गया है। जिन्हों अकल के घोड़े दौड़ा कहते हैं, उन्हें अपनी अकल के घोड़े पूरी तरह दौड़ाए ने, आखिर इंतहा प्राप्त कर लीए। नहीं, अकल के द्वारा बुद्धि के द्वारा मैं दसवां द्वार नहीं मिलिया, क्योंकि मिलना भी नहीं सी। जिहड़ा गुप्त है वो तो बुद्धि नूं किदां मिल देगा, और गुप्त भी उसने कीता है जिसने रचना रची होवे। आज ये मकान बने है जिसनूं आपां हुण धर्मशाला कहिंदे आ, इमारत बनी है जिस व्यक्ति ने इमारत बनाई, जिसने इटां थपियां होणगियां, उसनूं तो फिर भी पता होगा कि मैं इस जो सानू पॉलिश दिसती पई है इहदे अंदर की लाया है, उन्होंने पता होगा ना। जिस कारीगर ने बनाया उसनूं तो पता है कि भाई आ जूते दिसदा पे छत, इहदे अंदर मैं की पाया। शायद इसे करके जदों साडी इमारतां च कोई इहो जी शिकायत मिलदी, असीं उन्हां नूं ही काल करदे आ जिन्हां ने इहनूं बनाया हुंदा, क्योंकि उन्हां नूं पता हुंदा है असीं च की रखे है, किथे की रखे है। आ बिजली दी वायरिंग ही कीती है ते उन्हां नूं पता है जिन्हां ने बनाई है, सानूं की पता किथे किहड़ी तार है। सानूं तां इन्ना पता है कि इत्थे इक बटन दबी दा ते ओह दूर वाला बल्ब जग पैंदा, सानूं तां इन्ना दस्सिया गया असीं उन्ना कर सकदे हां, पर उसनूं पता है किस मोड़ ते मैं किहड़ा जंक्शन पाया है। वह मोड़ पे तो खुल के कट वध सकदा है, वध घट कर सकदा है, क्योंकि उन्हूं पता है। बुद्धिमान व्यक्ति शरीर की व्याख्या कर सकता है, हां बुद्धिमान व्यक्ति इन्ना दौड़ सकता है कि शरीर के पहले दिन तो लैके शरीर के आखिरी दिन तक की सारी क्रियावां नूं उस स्क्रीन ते दिखा सकता है। और अज जिहड़े मेडिकल साइंस पढ़ते हैं उन्हें पता है सब कुछ दिखाया जा चुका है। आ मेडिकल कॉलेज दियां जिथे नर्सिंग कॉलेज होंदे ने जां मेडिकल कॉलेज होंदे ने, उत्थे शरीर दे पहले दिन तो लैके आखिरी दिन तक दियां जितनी भी शरीरक एक्टिविटीज ने, जो कुछ भी हरकत हो सकदियां ने, वह विद्यार्थियों नूं समझा दित्तियां जांदियां ने। ताइयों तां विद्यार्थी उस शरीर दियां हरकतां नूं वेख के दस सकदा है कि हुण इह किनारे पहुंच चुका है, आ चुके जा सकता है, वो दस सकता है। पर चेता रखना इस शरीर विज्ञान अपने थान ते बुद्धि मंडल दी एक पहुंच है। इसे तरह असी आग के बारे, पवन के बारे, पानी के बारे जितनी जानकारी ले सकते हैं वो बुद्धिमत्ता है, पर दसवां द्वार बुद्धिमत्ता नहीं है। फिर दसवां द्वार के लिए सदके होगा वो कि पिछा है, याद रखना सुरत का विषय है, वो शरीर का विषय नहीं है। दसवें द्वार सुरत का विषय है, क्योंकि सानू दसिया गया एक गल, असी तुसी शरीरक तौर पर बैठे हाँ तो अपने आप को सिख कह रहे हैं, पर जो गुरु नानक पातशाह साहब संवाद उन्हां जीआं नाल हुंदा है जिन्होंने सब तो पहला शरीर के अंदरूनी उन्हां पक्षां की गल की है, जिन्होंने अज डॉक्टर भी तलाश नहीं पा रहे, अज जिन्होंने आप योगी किया, जिन्होंने आप सिद्ध किया, जिन्होंने आप नाथ भी कह के पर हट जाने। योगियों के नाल सिद्ध गोष्ठी जो हो रही है उस वक्त गुरु नानक के सन्मुख साढ़े थोड़े वर्गे साधारण जो कोई बंदे नहीं बैठे, उदो गुरु नानक पातशाह साहब जी के सन्मुख सिद्ध पुरख बैठे ने, ते सिद्धां दे नाल गलबात करदे आ। जगत गुरु गुरु नानक पातशाह साहब जी ने बख्शिश की ना कि भाई मेरा गुरु शब्द है, ते शब्द दा मैं सिख हाँ, पर मैं शरीर करके नहीं जे सिख होता। शब्द गुरु सुरत धुन चेला, सुरत करके मैं दा सिख हाँ, ते शब्द अते सुरत दे विचकार हुंदी जे धुन, जिहड़ी धुन सानू मिता प्रति मिलती है, जो धुन गूंजती है। अज विज्ञान ने धुन तक पहुंच बनाने की कोशिश की है। शायद जिहड़े पढ़ते हो तुहानूं पता होगा
अज विज्ञान ने यत्न किया है तो कुछ प्राप्ति भी दिती है, कोई दो राय नहीं कि विज्ञान ने बड़ी मेहनत की थी। एक तुम उन्होंने लभी है जी शायद असा तुसा कद कद सुनी हो कि जिसनों ब्रह्मांड की धुन कहें, तो ब्रह्मांड की धुन सुन के उन्हें रिकॉर्ड करने की कोशिश की जिदी कुछ ध्वनी वो अपने ढंग नहीं बहुत हाई फ्रीकुएंसी जाके सुनिया जाता तो एक ओम वर्गी धुन या ओंकार वर्गी धुन प्रकट होती है, शायद वह नेड़े पहुंच रहे। पर चेत रखना उस धुन जब तक असी अपने अंदर नहीं प्रकट करांगे उस विच साडा अपना ध्यान नहीं टिकेगा तद तक अगली गल दसम द्वार की नहीं चलेगी। इसे करके सतगुरु कहते धुन मह ध्यान, ध्यान मह जानिया क्या जानिया गुरमुख अकथ कहानी। फिर गुरुमुख ने गुरु के सदके उस अकथ कहानी में जानने जी सिर्फ गुरु को पता है, तो गुरमुख में थोड़ी थोड़ी गुरु कृपा करके भेत दे देंगे ने। अज कह लगे समझ लेना अज मोटी गल साडा कर दे रहे नौ दरवाजे दसवां द्वार बुझ रहे ज्ञानी। ये ज्ञानी तू तो सियाना बड़ा है, तू तो अपने किसी जी के विछड़ जाने उसके चलाने तो ही रोई पिटी जाना है। ये दस इस गल समझ, इस विचार में समझ कि जिन्हों तू रो रहे है ना केवल ते केवल पंजां तत्तां दा खेल सी। इसी शब्द को ठहर के पढ़ना एक अगे जाके बचन मिलेगा कौन मुआ रे कौन मुआ, जो तो विछड़दा साढ़े चो असी रोंदे पिटते हाँ साडा फलाना जी मर गया शब्द असी वरत लैने पर सतगुरु नानक कहते ने प्यारे कौन मुआ की कोई मरिया है, ब्रह्मंडी रचना दे विच की कदे कोई मरिया है। इस सवाल साढ़े तुहाडे सारियां लई है कि ब्रह्मंडी रचना दे विच कुछ मरदा है, ते जवाब है नहीं। असी तुसी कहने साडा फलाना जी मर गया, सतगुरु कह लगे जरा गौर ना दे कि मर गया है पवन है मैं पवन समाया माटी माटी होई। असी तुसी इद कर दे ना उसनु चुक के आग विच रख देने हैं, कोई मिट्टी च रख देंदे ते कोई पानी च रख देंदे, असी वापस भेजन वास्ते ये तीन क्रियावां करते हैं। साडे मनुखां दे मंडलां विचों जो साडे चो जिन्हों असी तुसी कह देने हैं देखो जी साडा नहीं रह गया ये मर गए, असी की करते हैं जां ते उसनु अग्नि विच रख देने हैं जां उसनु पानी च रख देने हैं ते जां उसनु असी मिट्टी च दबा देने हैं। साढ़े कोल आम जीव कोल चौथी कला असी नहीं वरते, हाँ पारसी ने जो चौथे खुले मंडला च छड़ देंदे ने वह चौथे पक्ष ते तुर पैंदे ने, बस इस तों वध ते पंजवां तत् क्योंकि आकाश का है वह साढ़े कब्जे च नहीं असी दी गल नहीं कर सकते। गुरु कृपा करन कल फिर इतों अगे चलांगे भी मरता इत्थे कुछ नहीं, ब्रह्मांड विच कुछ भी कदे मरता नहीं। जे जे कुछ भी नहीं मरता तो फिर मैं क्यों मरता हाँ, बंदा क्यों मर जाता है, नहीं असा नहीं मरना। कल इतों अगे चलेंगे गुरु कृपा कर असी समझ सकी पातशाह कहिए बुझरे ज्ञानी ये विचार इस विचार ते जी उठांगे किवें गुरु आख गुरु जी वाइया गुरु गुरु आख जी उठेगा मरेगा नहीं। बोल चुक दिखे मां आसीस ते प्यार देंदे फतेह बुलावना वाहिगुरु जी का खालसा वाहिगुरु जी।